ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਦਬੂਲੀਆ ਵਿਖੇ ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਦੂਸਰੇ ਆਲ ਇੰਡੀਆ 5 ਦਿਨਾਂ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਦੇ ਤੀਸਰੇ ਦਿਨ ਫਸਵੇਂ ਮੁਕਾਬਲੇ ਖੇਡੇ ਗਏ। ਤੀਸਰੇ ਦਿਨ ਦੇ ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਪ੍ਰਵਾਸੀ ਭਾਰਤੀ ਬਲਜੀਤ ਸਿੰਘ ਬੈਂਸ ਤੇ ਹੋਰਨਾਂ ਵੱਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਅਜਿਹੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤੇ ਉਹਨਾਂ ਪ੍ਰਵਾਸੀ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਕਬੱਡੀ ਦੇ ਨਾਲ ਨਾਲ ਬਾਸਕਟਬਾਲ ਵਰਗੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੋਣ। ਸਤਿ ਸ਼੍ਰੀ ਅਕਾਲ ਸਰਵਣ ਜੀ, ਜਿੱਥੇ ਆਪਾਂ ਬੈਠੇ ਜੀ, ਸਰਦਾਰ ਬਲਕਾਰ ਸਿੰਘ ਦੀ ਯਾਦਗਾਰੀ ਚੈਂਪੀਅਨਸ਼ਿਪ ਪਿੰਡ ਦਬੋਲੀਆਂ, ਜਿੱਥੇ ਦੂਜਾ ਸਾਲਾਨਾ ਸਰਦਾਰ ਬਲਕਾਰ ਸਿੰਘ ਜੀ ਯਾਦਗਾਰੀ ਬਾਸਕਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਬਹੁਤ ਵਧੀਆ ਇਹ ਹੁੰਗਾਰਾ ਮਿਲ ਰਿਹਾ। ਪਿਛਲੇ ਸਾਲ ਵੀ ਇੱਥੇ ਮਾਣ ਮਿਲਿਆ ਸੀਗਾ। ਇਸ ਵਾਰ ਦੇਖਿਆ ਕਿ ਇੰਡੀਆ ਭਰ ਤੋਂ ਜਿਹੜੀਆਂ 15 ਟੀਮਾਂ ਜਿਹੜੀਆਂ ਉਹ ਇੱਥੇ ਆਈਆਂ ਨੇ, ਜਿਨ੍ਹਾਂ ਦੇ ਵਿੱਚ ਜਿਹੜੀ ਟੀਮ ਖੇਡ ਰਹੀ ਆ ਉਹ ਪੰਜਾਬ ਪੁਲਿਸ ਦੀ ਆ, ਜਿਹਦੇ ਵਿੱਚ ਬੜੇ ਮਾਣ ਵਾਲੀ ਗੱਲ ਆ ਕਿ ਜਿਹੜੇ 3 ਪਲੇਅਰ ਨੇ, ਇੱਕ ਉਹ ਇਹੋ ਜਿਹੇ ਪਲੇਅਰ ਨੇ, ਇੱਕ ਪਲੇਅਰ ਆ ਜਿਹਨੂੰ ਅਰਜਨ ਅਵਾਰਡ ਮਿਲਿਆ ਉਹ ਖੇਡ ਰਿਹਾ, ਇੱਕ ਜਿਹੜਾ ਪਲੇਅਰ ਆ ਉਹਨੇ ਇੰਡੀਆ ਦੀ ਕਪਤਾਨੀ ਕੀਤੀ ਆ ਖੇਡ ਰਿਹਾ, ਔਰ ਇੱਕ ਪਲੇਅਰ ਉਹ ਆ ਜਿਹੜਾ ਇਸ ਵੇਲੇ ਮੌਕੇ ਦਾ ਇੰਡੀਆ ਟੀਮ ਦਾ ਕੈਪਟਨ ਹੈ। ਸੋ ਇੱਡੇ ਵੱਡੇ ਮਾਣ ਵਾਲੀ ਗੱਲ, ਸਾਨੂੰ ਫਖਰ ਹੈ ਕਿ ਇੰਡੀਆ ਦੇ ਐਡੇ ਐਡੇ ਪਲੇਅਰ ਜਿਹੜੇ ਆ ਸਾਡੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਦਬੂਲੀਆਂ ਵਿੱਚ ਆਏ ਆ, ਜੋ ਕਿ ਪਿੰਡ ਸਰਦਾਰ ਅਰਜਨ ਸਿੰਘ ਜੀ, ਸੋ ਮਾਫ਼ ਕਰਨਾ, ਸਰਦਾਰ ਸੱਜਣ ਸਿੰਘ ਜੀ ਅਰਜਨਾ ਵਾਡੀ ਉਹਨਾਂ ਦਾ ਪਿੰਡ ਹੈ, ਔਰ ਆਪਣੇ ਭਰਾ ਦੀ ਯਾਦ ਵਿੱਚ ਉਹ ਚੈਂਪੀਅਨ ਕਰਾ ਰਹੇ ਆ, ਔਰ ਸਾਨੂੰ ਬਹੁਤ ਵੱਡਾ ਇਹ ਮਾਣ ਮਿਲ ਰਿਹਾ। ਨਹੀਂ, ਸਭ ਤੋਂ ਪਹਿਲਾਂ ਤੇ ਮੈਂ ਸਾਰੇ ਇਲਾਕੇ ਨੂੰ ਵਧਾਈ ਦਿੰਦਾ ਕਿ ਇਸ ਇਲਾਕੇ ਦੇ ਵਿੱਚ ਸਾਨੂੰ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਅਰਜਨ ਅਵਾਰਡੀ ਬਾਸਕਟਬਾਲ ਪਲੇਅਰ ਸਰਦਾਰ ਸੱਜਣ ਸਿੰਘ ਚੀਮਾ ਜੀ ਮਿਲੇ, ਔਰ ਉਹਨਾਂ ਦੀ ਸੋਚ ਸਦਕਾ ਹੀ ਅੱਜ ਮੈਂ ਕਹਿੰਦਾ ਇਹ ਨਰਸਰੀ ਬਣ ਗਈ ਆ ਸਾਡਾ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਬਾਸਕਟਬਾਲ ਦੀ। ਔਰ ਅੱਜ ਜਿੱਦਾਂ ਮੈਂ ਕਹਿੰਦਾ ਇੰਡੀਆ ਲੈਵਲ ਦੇ ਮੈਚ ਇੱਥੇ ਹੋ ਰਹੇ ਆ, ਬਹੁਤ ਹੀ ਵਧਾਈ ਦੇ ਪਾਤਰ ਆ ਸਾਰੇ ਜੀ, ਔਰ ਖਾਸ ਤੌਰ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸਰਦਾਰ ਸੱਜਣ ਸਿੰਘ ਚੀਮਾ ਜੀ ਦਾ, ਕਿਉਂਕਿ ਉਹ ਇਹੋ ਜਿਹੀ ਖੇਡ ਨੂੰ ਪ੍ਰਮੋਟ ਕਰ ਰਹੇ ਆ ਜਿੱਥੇ ਸਕੋਪ ਆ, ਜਿੱਥੇ ਬੱਚੇ ਅੱਗੇ ਜਾ ਕੇ ਆਪਣਾ ਕੈਰੀਅਰ ਬਿਲਡ ਕਰ ਸਕਦੇ ਆ। ਨੋ ਡਾਊਟ ਸਾਡਾ ਇਲਾਕਾ ਕਬੱਡੀ ਨੂੰ ਬਹੁਤ ਪਸੰਦ ਕਰਦਾ, ਕਬੱਡੀ ਪੰਜਾਬ ਸਟਾਈਲ, ਬਟ ਉੱਥੇ ਅਜੇ ਤੱਕ ਸਾਡੀ ਉਹ ਖੇਡ ਸਾਨੂੰ ਨੌਕਰੀ ਨਹੀਂ ਦਵਾ ਸਕਦੀ, ਸਾਨੂੰ ਹੋਰ ਚੀਜ਼ਾਂ 'ਚ ਅੱਗੇ ਨਹੀਂ ਲਿਜਾ ਸਕਦੀ, ਪਰ ਇਹ ਖੇਡਾਂ ਸਾਨੂੰ ਵਰਲਡ ਲੈਵਲ 'ਤੇ ਲਿਜਾ ਸਕਦੀਆਂ, ਸਾਡੀ ਪਛਾਣ ਬਣਾ ਸਕਦੀਆਂ, ਸਾਨੂੰ ਸਰਕਾਰੀ ਨੌਕਰੀ ਦਵਾ ਸਕਦੀਆਂ, ਸਾਡਾ ਰੋਜ਼ਗਾਰ ਚਲਾ ਸਕਦੀਆਂ, ਅਤੇ ਨੋ ਡਾਊਟ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਆ, ਅਤੇ ਇੱਦਾਂ ਦੀਆਂ ਖੇਡ ਈਵੈਂਟਸ ਆਉਣ ਵਾਲੇ ਸਮੇਂ 'ਚ ਹੁੰਦੇ ਰਹਿਣੇ ਚਾਹੀਦੇ ਆ, ਔਰ ਅਸੀਂ ਕਪੂਰਥਲੇ ਵਾਲੇ ਭਾਗਸ਼ਾਲੀਆਂ ਵੀ ਸਾਨੂੰ ਅਰਜੁਨ ਅਵਾਰਡੀ ਵੀ ਮਿਲੇ, ਔਰ ਇੱਦਾਂ ਦੀ ਗਰਾਊਂਡ, ਇੱਦਾਂ ਦਾ ਖੇਡ ਨਰਸਰੀ ਮਿਲੀ ਬਾਸਕਟਬਾਲ ਦੀ। ਹਾਂਜੀ, ਸਭ ਤੋਂ ਵੱਡੀ ਗੱਲ ਤੇ ਆ ਵੀ ਤੁਹਾਨੂੰ ਪਤਾ ਹੀ ਆ ਵੀ ਥੋੜਾ ਆਪਣੀ ਜਿਹੜੀ ਮਾਂ ਖੇਡ ਕਬੱਡੀ ਪੰਜਾਬੀ ਆ ਉਹ 'ਚ ਨਸ਼ਾ ਬਹੁਤ ਵੜ ਗਿਆ, ਬਟ ਇਹ ਖੇਡਾਂ ਬਿਲਕੁਲ ਨਸ਼ੇ ਤੋਂ ਰਹਿਤ ਆ, ਕਿਉਂਕਿ ਪਲੇਅਰ ਸਾਰੇ ਸੁਲਝੇ ਹੋਏ ਔਰ ਕਿਸੇ ਨਾ ਕਿਸੇ ਨਾਲ ਜੁੜੇ ਹੋਏ, ਕੋਈ PAP, ਕੋਈ ਆਰਮੀ, ਕੋਈ ਰੇਲਵੇ ਨਾਲ ਜੁੜੇ ਹੋਏ, ਕਿਉਂਕਿ ਉੱਥੇ ਇਹ ਚੀਜ਼ਾਂ ਕਦੀ ਵੀ ਨਹੀਂ ਹੋਣ ਦਿੰਦੇ ਉੱਥੇ ਮਹਿਕਮੇ, ਅਤੇ ਇਸ ਤਰ੍ਹਾਂ ਇਹ ਮੈਂ ਕਹਿੰਦਾ ਬਿਲਕੁਲ ਨਸ਼ੇ ਤੋਂ ਰਹਿਤ, ਔਰ ਲੋਕਾਂ ਨੂੰ ਇੱਕ ਨਵੀਂ ਖੇਡ ਲਈ ਮੈਂ ਕਹਿੰਦਾ ਪ੍ਰੋਤਸਾਹਨ ਮਿਲ ਰਿਹਾ, ਬੱਚਿਆਂ ਨੂੰ, ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਸ ਵੱਲ ਰੁਝਾਨ ਲਾਉਣਾ ਚਾਹੀਦਾ ਤਾਂ ਜੋ ਇਹ 'ਚ ਆਪਣਾ ਕੈਰੀਅਰ ਬਿਲਡ ਕਰ ਸਕਣ। ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਸੰਬੰਧੀ ਇੱਕ ਬੈਠਕ ਕਰ ਰਹੇ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਰਾਜੇਸ਼ ਗਰਗ ਤੇ ਅਣਪਛਾਤਿਆਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਨੂੰ ਸੁਰੱਖਿਆ ਕਰਮੀਆਂ ਨੇ ਮੌਕੇ ਤੇ ਹੀ ਨਾਕਾਮ ਕਰ ਦਿੱਤਾ। ਹਿੰਦੂ ਆਗੂ ਨੇ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਉਹਨਾਂ ਵੱਲੋਂ 112 ਪੁਲਿਸ ਹੈਲਪਲਾਈਨ ਤੇ ਕੀਤੇ ਹੋਣ ਉਪਰੰਤ ਖਾਨਾ ਪੂਰਤੀ ਵਾਸਤੇ ਕੁਝ ਪੁਲਿਸ ਮੁਲਾਜ਼ਮ ਮੌਕੇ ਤੇ ਮੁਆਇਨਾ ਕਰਕੇ ਚਲੇ ਗਏ, ਪਰੰਤੂ ਇਸ ਘਟਨਾ ਤੋਂ ਬਾਅਦ ਉਹ ਆਪਣੀ
ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਇਸ ਕਰਕੇ ਵਧੇਰੇ ਚਿੰਤਤ ਹਨ ਕਿ ਤਿੰਨ ਅਣਪਛਾਤਿਆਂ ਨੂੰ ਲੱਭਣ ਦੀ ਥਾਂ ਇੱਕ DSP ਪੱਧਰ ਤੇ ਇੱਕ ਅਪਰਾਧੀ ਨੂੰ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਉਕਤ ਅਧਿਕਾਰੀ ਨੇ ਉਹਨਾਂ ਫੋਨ ਸੁਣਨਾ ਵੀ ਜ਼ਰੂਰੀ ਨਹੀਂ ਸਮਝਿਆ। ਅਸੀਂ ਸ਼ਿਵਰਾਤਰੀ ਦੇ ਤਿਉਹਾਰ ਦੀ ਮੀਟਿੰਗ ਕਰ ਰਹੇ ਸੀ, ਤਿੰਨ ਅਣਪਛਾਤੇ ਬੰਦੇ ਇੱਕ ਕਾਰ 'ਤੇ ਸੀ, ਦੋ ਮੋਟਰਸਾਈਕਲਾਂ 'ਤੇ ਸੀਗੇ। ਕਾਰ ਵਾਲਾ ਤਾਂ ਮੈਨੂੰ ਮੇਰੇ ਦੁਕਾਨ ਦੇ ਅੰਦਰ ਜਿਵੇਂ ਲੱਗਿਆ ਜਿਵੇਂ ਬੜੀ ਫਾਸਟ ਆ ਰਿਹਾ, ਤਾਂ ਉਹ ਮੇਰੇ ਸੁਰੱਖਿਆ ਕਰਮਚਾਰੀ ਨੇ ਉਹਨੂੰ ਫਟਾਫਟ ਉੱਥੇ ਪੌੜੀਆਂ ਨਹੀਂ ਚੜ੍ਹਨ ਦਿੱਤਾ। ਬਾਅਦ 'ਚ ਅਸੀਂ ਵੀਡੀਓ ਟਰੇਸ ਕੀਤੀ ਤਾਂ ਮੋਟਰਸਾਈਕਲ ਦੋਨਾਂ ਐਂਗਲਾਂ 'ਚ, ਇੱਕ ਵਾਰੀ ਕਾਰ ਦੇ ਨੇੜੇ ਖੜਾ ਸੀ, ਇੱਕ ਵਾਰੀ ਦੁਕਾਨ ਕੋਲ ਖੜਾ ਸੀ। ਪਛਾਣ ਹੋਈ ਜੀ ਹੁਣ ਤਾਂ ਅਣਪਛਾਤਿਆਂ ਦੀ ਪੁਲਿਸ ਨੇ ਕੋਈ ਪਛਾਣ ਨਹੀਂ ਕੀਤੀ। ਪੁਲਿਸ ਤਾਂ ਐਂ ਕਰਦੀ ਜਿਵੇਂ ਵੀ ਪੁਲਿਸ ਨੇ ਇਕੱਲੇ ਹੁੰਦੇ ਬੰਦੇ ਵੀ ਸਾਡਾ ਨਾਂ ਨਾ ਆ ਜੇ, ਨਾ ਕੋਈ DSP ਨੂੰ ਮੈਂ ਫੋਨ ਕਰੀ ਜਾਂਦਾ, ਮੇਰੇ ਫੋਨ ਕੱਟੀ ਜਾਂਦਾ, ਉਹ ਤਾਂ ਪਤਾ ਨਹੀਂ ਕਿਉਂ ਡਰਦਾ। ਕਿਹਦੇ 'ਤੇ ਸ਼ੱਕ ਹੈ ਜੀ ਤੁਹਾਨੂੰ? ਮੈਨੂੰ ਤਾਂ ਹੁਣ ਪ੍ਰਸ਼ਾਸਨ 'ਤੇ ਵੀ ਸ਼ੱਕ ਹੈ ਜੀ, ਜਾਣ ਜਿਹੜੇ ਜਿੰਨੀ ਵੀ ਆਹ ਘਟਨਾ ਹੋ ਰਹੀ ਹੈ ਹਿੰਦੂਆਂ ਦੇ ਭੇਸ 'ਚ ਭੇਜ ਦਿੰਦੇ ਸਾਡੇ ਕੋਲ ਬੰਦੇ ਗਰਮ ਖਿਆਲੀ ਜਿੰਨੇ ਵੀ ਬੈਠੇ ਸ਼ਹਿਰ 'ਚ ਜਾਂ ਕਿਸੇ ਵੀ ਆਸੇ ਪਾਸੇ ਆ, ਉਹ ਸਾਨੂੰ ਮਰਾਉਣਾ ਚਾਹੁੰਦੇ ਜੀ। ਪ੍ਰਧਾਨ ਸਾਹਿਬ ਮੀਟਿੰਗ ਕਰ ਰਹੇ ਸੀ ਕੱਲ੍ਹ ਸ਼ਿਵਰਾਤਰੀ ਦਾ ਪ੍ਰੋਗਰਾਮ ਆ, ਅਤੇ ਉਹਦੇ ਕਰਕੇ ਜਦੋਂ ਇੱਥੇ ਇੱਕੋ ਦਮ ਆ ਕੇ ਇੱਧਰ ਰੋਡ ਦੇ ਉੱਪਰ ਪ੍ਰਧਾਨ ਸਾਹਮਣੇ ਇੱਥੇ ਘਰ ਦੇ ਸਾਹਮਣੇ ਆ ਕੇ ਗੱਡੀ ਰੁਕੀ, ਉਹਨੂੰ ਵੇਖਦੇ ਹੋਏ ਮੈਂ ਕਹਿੰਦਾ ਜਦੋਂ ਬੰਦਾ ਬਾਰੀ ਖੋਲ੍ਹ ਕੇ ਇੱਕੋ ਦਮ ਪ੍ਰਧਾਨ ਜੀ ਦੇ ਘਰ ਵੱਲ ਨੂੰ ਇੱਧਰ ਆਇਆ, ਅਤੇ ਮੈਂ ਉਹਨਾਂ ਨੂੰ ਦੇਖ ਕੇ ਅਤੇ ਮੈਂ ਇੱਧਰ ਬਾਹਰ ਵੱਲ ਨੂੰ ਗਿਆ, ਅਤੇ ਉਹ ਬੜੀ ਤੇਜ਼ੀ ਨਾਲ ਅੰਦਰ ਆ ਰਿਹਾ ਸੀਗਾ, ਅਤੇ ਉਹ ਜਿਸ ਕਰਕੇ ਮੈਂ ਨਾਲ ਹੋਰ ਵੀ ਬੰਦੇ ਬੈਠੇ ਇਹਨਾਂ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਪ੍ਰਧਾਨ ਜੀ ਨੂੰ ਅੰਦਰ ਲੈ ਜਾਓ, ਅਤੇ ਉਹ ਬਾਹਰ ਰੋਲਾ ਰੱਪਾ ਜਿਹਾ ਪਾਉਂਦਾ ਪਿਆ ਸੀਗਾ, ਉਹਨੂੰ ਫਿਰ ਇੱਥੋਂ ਪਿੱਛੇ ਹਟਾਇਆ ਜੀ। ਬਾਅਦ 'ਚੋਂ ਵੀਡੀਓ ਦੇਖਿਆ ਹੈਗੀਆਂ, ਉੱਥੇ ਨਾ ਅਣਪਛਾਤੇ ਦੋ ਜਿਵੇਂ ਕਿਹਨਾਂ ਦਾ ਮੂੰਹ ਲਪੇਟੇ ਹੋਏ ਸੀਗੇ, ਮੁੰਡੇ ਸੀਗੇ ਮੋਟਰਸਾਈਕਲ 'ਤੇ, ਜਿਵੇਂ ਇੱਕ ਤਰ੍ਹਾਂ ਬਹਾਨਾ ਜਿਹਾ ਬਣਾ ਕੇ ਬੈਰੀਕੇਡ ਲਾਏ ਹੋਏ ਆ, ਜੇ ਉਹ ਮੈਨੂੰ ਪੁੱਛ ਰਿਹਾ ਸੀ ਬੈਰੀਕੇਡ ਕਿਉਂ ਲਾਏ ਆ, ਤਰਨਤਾਰਨ ਦੇ ਪਿੰਡ ਗੱਗੋ ਬੂਹਾ ਸ਼ਰਾਰਤੀ ਲੋਕਾਂ ਵੱਲੋਂ ਅੰਧਾਧੁੰਦ ਫਾਇਰਿੰਗ ਅਤੇ ਅਸ਼ਲੀਲ ਗਾਲੀ ਗਲੋਚ ਕਰਨ ਦੇ ਮਾਮਲੇ ਸਾਹਮਣੇ ਆਏ। ਇਸ ਸੰਬੰਧੀ ਪੀੜਤ ਬਾਤ ਸਿੰਘ ਨੇ ਦੱਸਿਆ ਕਿ ਸਾਡੇ ਲੜਕੇ ਨੂੰ ਨਸ਼ਾ ਵੇਚਣ ਜਾਂ ਗਲਤ ਸਮਾਜ ਵਿਰੋਧੀ ਕੰਮਾਂ ਲਈ ਪ੍ਰੇਰਿਤ ਕਰਦਾ ਸੀ, ਜਿਸ ਤੋਂ ਅਸੀਂ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਨੇ ਸਾਡੇ ਘਰ ਦੇ ਸਾਹਮਣੇ ਆ ਕੇ ਮਾਰਨ ਦੀ ਨੀਅਤ ਨਾਲ ਫਾਇਰਿੰਗ ਕੀਤੀ। ਕਿਹੜਾ ਪਿੰਡ ਜੀ? ਗੱਗੋ ਬੂਹਾ। ਜਿਹੜੀ ਪਿੱਛੇ ਜੇ ਕੱਲ ਜਿਹੜੀ ਲੜਾਈ ਹੋਈ ਜਿਹ 'ਚ ਗੋਲੀਆਂ ਚਲਾਈ ਗਈਆਂ, ਤੁਹਾਡੇ ਮੁੰਡੇ ਦਾ ਨਾਮ ਵੀ ਦਰਜ ਹੈਗਾ ਵਾ, ਕੀ ਕਹਿਣਾ ਚਾਹੁੰਦੇ ਜੀ? ਸਾਡੇ ਬੱਚੇ ਦਾ ਨਜਾਇਜ਼ ਨਾਂ ਦਰਜ ਕੀਤਾ, ਸਾਡਾ ਬੱਚਾ ਲੜਾਈ 'ਚ ਨਹੀਂ। ਸਾਡੇ ਕਿਉਂ ਨਜਾਇਜ਼ ਨਾਂ ਵਿੱਚ ਦਰਜ ਕਰਾਇਆ ਨਾ? ਇਹਨਾਂ ਨੇ ਤਾਂ ਕਰਾਇਆ ਜੀ, ਜਿਹੜਾ ਪੰਮਾ ਸਰਪੰਚ ਹੈ ਉਹਦੇ ਨਾਲ ਪੁਰਾਣੀ ਰਹਿੰਦੀ ਸੀ ਸਾਡੀ, ਤੇ ਪੰਮੇ ਸਰਪੰਚ ਨੇ ਪਾਰਟੀ ਬਾਜੀ ਦਾ ਕਰਕੇ ਸਾਡੇ ਬੇਟੇ ਦਾ ਨਾਂ ਵਿੱਚ ਪਰਚਾ ਦਰਜ ਕਰਾਤਾ ਬੱਚੇ ਦਾ। ਬਾਤ ਸਿੰਘ ਜੀ, ਇਹ ਮੁੰਡੇ ਨੂੰ ਆਉਂਦੇ ਗਲਤ ਕੰਮ ਨੂੰ ਨਾਲ ਖੜਦੇ ਮੁੰਡੇ ਨੂੰ, ਕਿਹੜਾ ਗਲਤ ਕੰਮ? ਕੱਲ ਤੋਂ ਕੀ ਤਾਂ ਕੀ ਕਰਾਉਣਾ, ਚੱਟੇ ਚੁੱਟੇ ਬਾਰੇ ਕਹਿ ਲਓ ਜਾਂ ਕਿਸੇ ਚੀਜ਼ ਬਾਰੇ ਨੂੰ ਖੜਦੇ, ਇਹਨੂੰ ਜਾਣ ਨਹੀਂ ਦਿੱਤਾ ਅਸੀਂ, ਡੱਕਿਆ ਮੁੰਡੇ ਨੂੰ, ਇਸੇ ਕਰਕੇ ਉਹ ਆਉਂਦੇ ਵੀ ਤੂੰ ਨਾਲ ਨਹੀਂ ਤੁਰਨਾ ਸਾਡੇ ਤੇ ਅਸੀਂ ਤੈਨੂੰ ਮਾਰ ਦੇਣਾ, ਇਹੋ ਧਮਕਿਆ ਪਹਿਲਾਂ ਦਿਹਾੜੀ ਦਿੰਦੇ ਰਹੇ, ਇਹੋ ਧਮਕਿਆ ਦੇਣ ਕਰਕੇ ਕੱਲ ਉਹਨਾਂ ਗੋਲੀ ਚਲਾਈ ਵੀ ਸਰੇ ਆਮ ਘਰ ਆਣ ਪਏ। ਹਾਂਜੀ, ਨਹੀਂ ਜੀ ਮੁੰਡਾ ਨਹੀਂ ਵੇਚਦਾ ਚਿੱਟਾ, ਇਹਨੂੰ ਨਾਲ ਖੜਦੇ ਜ਼ਬਰਦਸਤੀ ਦੇ, ਆਪ ਸੱਦਿਆ ਜੀ ਆਮੋ ਸਾਹਮਣੇ ਲੜੇ ਆ, ਹੱਥੋਂ ਪਾਈ ਹੋਏ ਆ, ਕੋਈ ਸੱਟਾਂ ਸੁੱਟਾਂ ਨੀ ਲੱਗੀਆਂ, ਹੱਥੋਂ ਪਾਈ ਹੋਏ ਜ਼ਰੂਰ ਉਧਰ ਉਧਰ ਹੀ, ਉਹਨੇ ਆਪ ਸੱਦਿਆ ਜੀ ਉੱਥੇ ਵੀ ਇੱਥੇ ਆਣ ਕੇ ਵੇਖੋ ਅਸੀਂ ਸਾਡੇ ਨਾਲ, ਇਹ ਵੀ ਗਏ ਮੁੰਡੇ ਉੱਥੇ ਦੇ ਹੱਥੋਂ ਪਾਈ ਹੋਏ ਆ, ਆਮੋ ਸਾਹਮਣੇ ਲੜੇ ਆ ਜੀ। ਮੈਂ ਇੰਸਪੈਕਟਰ ਕਸ਼ਮੀਰ ਸਿੰਘ SHO ਝਬਾਲ ਜੀ, ਇਹ ਮੇਰੇ ਥਾਣੇ ਦੇ ਏਰੀਏ ਦੇ ਇੱਕ ਪਿੰਡ ਆ ਗੱਗੋ ਬੂਹਾ, ਇੱਥੇ ਕੋਈ 4-5 ਜਿਹੜੇ ਸ਼ਰਾਰਤੀ ਲੜਕੇ ਨੇ ਉਹਨਾਂ ਨੇ ਆ ਪਿਛਲੇ ਦਿਨ ਦੇ ਵਿੱਚ ਨਾ ਇਹਨਾਂ ਨੇ ਗੋਲੀਆਂ ਚਲਾਈਆਂ ਨੇ। ਉਹ ਮਸਲਾ ਇਹ ਆ ਵੀ ਉੱਥੇ ਉਹਨਾਂ ਨੇ ਜਿਹੜੇ ਇੱਕ ਲੜਕਾ ਆਇਆ ਆਪਣੇ, ਉਹਨਾਂ ਨੂੰ ਪ੍ਰੈਸ ਕਰਦੇ ਸੀ ਵੀ ਆਪਾਂ ਕੋਈ ਵੀ ਚੱਲੀਏ ਕਿਤੇ ਕੋਈ ਕੰਮ ਕਰੀਏ, ਪਰ ਉਹ ਲੜਕਾ ਸੀ ਉਹ ਇਸ ਕੰਮ ਨੂੰ ਆਖਦਾ ਵੀ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਗਾ ਵੀ ਮੈਂ ਨਹੀਂ ਜਾਣਾ, ਇਸ ਕਰਕੇ ਪੜੋਸੀਆਂ ਦੇ ਵਿੱਚ ਆਪਸ ਵਿੱਚ ਗਾਲੀ ਗਲੋਚ ਹੋ ਗਿਆ। ਇਹ 3-4 ਲੜਕੇ ਹੈਗੇ ਨੇ
ਇਹਨਾਂ ਨੇ ਆ ਕੇ ਉਹਨਾਂ ਦੇ ਘਰ ਦੇ ਉੱਤੇ ਜਿਹੜੀਆਂ ਸਿੱਧੀਆਂ ਮਾਰ ਦੇਣ ਦੀ ਨੀਤ ਨਾਲ ਮਤਲਬ ਗੋਲੀਆਂ ਚਲਾਈਆਂ ਨੇ। ਅਸੀਂ ਉਹਨਾਂ ਦਾ ਜਿਹੜਾ ਫਾਦਰ ਸਾਹਿਬ ਬਾਜ ਸਿੰਘ ਉਹਨਾਂ ਦੇ ਬਿਆਨ ਦੇ ਆਧਾਰ 'ਤੇ ਇੱਕ ਜਿਹੜੀ ਹੈ ਐੱਫ ਆਈ ਆਰ ਦਰਜ ਕੀਤੀ ਹੈ ਅੰਡਰ ਸੈਕਸ਼ਨ 307 ਹੈ ਜੀ, ਅਤੇ 25/27/9 ਲਾਇਆ ਅਸੀਂ। ਬਾਕੀ ਇਹਨਾਂ ਨੂੰ ਅਸੀਂ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ। ਪਰ ਮੈਂ ਪਬਲਿਕ ਵਾਸੀਆਂ ਨੂੰ ਸਾਰਿਆਂ ਨੂੰ ਇੱਕ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਵੀ ਜਿਨ ਮੇਰੇ ਥਾਣੇ ਦੇ ਏਰੀਏ ਦੇ ਵਿੱਚ ਕੋਈ ਹੁੱਲੜਬਾਜ਼ੀ ਨਾ ਕਰੇ, ਅਤੇ ਨਾ ਕੋਈ ਆਪਣਾ ਇਹੋ ਜਿਹੀ ਕੋਈ ਗੋਲੀਆਂ ਚਲਾਉਣ ਵਾਲੀ ਜਾਂ ਕੋਈ ਨਸ਼ੇ ਸੰਬੰਧੀ ਨਾ ਕਰੇ। ਉਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਊਗਾ ਅਤੇ ਜਲਦੀ ਹੀ ਤੁਹਾਨੂੰ ਦੇਖਣ 'ਚ ਮਿਲੂਗਾ। ਸਰ ਕਿੰਨੇ ਕੁ ਸਰ ਹਥਿਆਰ ਜਿਹਦੇ 'ਚ ਵਰਤੇ ਗਏ ਜੀ? ਇਹਦੇ ਵਿੱਚੋਂ ਜਿਹੜੀ ਵੀਡੀਓ ਦੇ ਮੁਤਾਬਕ ਟੋਟਲ 4 ਹਥਿਆਰ ਸਾਡੇ ਸਾਹਮਣੇ ਆਏ ਨੇ। ਬਾਕੀ ਅਸੀਂ ਇਹਨਾਂ ਨੂੰ ਜਦੋਂ ਅਸੀਂ ਗ੍ਰਿਫਤਾਰ ਕਰਾਂਗੇ ਉਹ ਗੱਲ ਸਾਹਮਣੇ ਆਵੇ। ਸਰ ਇੱਕ ਦਿਨ ਪਹਿਲਾਂ ਵੀ ਕੋਈ ਇਹਨਾਂ ਦੀ ਲੜਾਈ ਝਗੜਾ ਆਇਆ ਸੀ ਦੋ ਪਾਰਟੀਆਂ ਦਾ? ਦੇਖੋ ਇਹਦੇ 'ਚ ਮੈਨੂੰ ਆਏ ਨੂੰ ਇੱਥੇ 2-3 ਧੋਣੇ ਜੀ ਮੇਰੇ ਆਉਣ ਤੋਂ ਇਹ ਬੋਲਦੇ ਨੇ। ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ ਵੀ ਪਹਿਲਾਂ ਪਰ ਮੇਰੇ ਕੋਈ ਪਹਿਲਾਂ ਵਾਲੀ ਗੱਲ ਨਹੀਂ, ਨਾ ਇਹਨਾਂ ਦੇ ਕੋਈ ਬਿਆਨ ਦੇ ਵਿੱਚ ਵੀ ਇਹਨਾਂ ਨੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਦੱਸੀ ਵੀ ਪਹਿਲਾਂ ਵੀ ਇਹਨਾਂ ਦਾ ਕੋਈ ਆਪਸ ਵਿੱਚ ਚੱਲਦਾ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰੈਲ ਮਾਜਰਾ SBS ਨਗਰ ਪੰਜਾਬ ਵਿਖੇ ਯੂਨੀਵਰਸਿਟੀ ਕੈਂਪਸ ਵਿਖੇ 13ਵੇਂ BNCRPF ਅਤੇ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਪੰਜਾਬ ਵੱਲੋਂ ਇੱਕ ਸਮੂਹਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਤੇ ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਕਮਲ ਸਿਸੋਦੀਆ, ਕਮਾਂਡੈਂਟ 13ਵੀਂ ਬਟਾਲੀਅਨ CRPF ਦਾ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਦੇ ਡਾਕਟਰ ਪਰਵਿੰਦਰ ਕੌਰ ਪ੍ਰੋਫੈਸਰ ਵਾਈਸ ਚਾਂਸਲਰ ਨੇ ਪ੍ਰੋਗਰਾਮ ਪ੍ਰੇਰਣਾ ਦੇ ਵਿਸ਼ੇ ਤੇ ਸੰਖੇਪ ਜਾਣਕਾਰੀ ਦਿੱਤੀ ਅਤੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਸ੍ਰੀਮਤੀ ਡਾਕਟਰ ਕਮਲ ਸਿਸੋਦੀਆ ਨੇ ਸੰਦੇਸ਼ ਦਿੱਤਾ ਹੈ ਕਿ ਔਰਤ ਸਮਾਜ ਦਾ ਅਨਿੱਖੜਵਾਂ ਅੰਗ ਹੈ, ਔਰਤ ਜੀਵਨ ਦੀ ਸਿਰਜਣਹਾਰ ਹੈ ਤੇ ਸ੍ਰੀਮਤੀ ਕਮਲ ਸਿਸੋਦੀਆ ਨੇ CRPF ਵਿੱਚ ਨਾਰੀ ਸ਼ਕਤੀ ਦੀ ਭੂਮਿਕਾ ਤੇ ਮਹਿਲਾ ਸ਼ਕਤੀਕਰਨ ਬਾਰੇ ਉੱਥੇ ਮੌਜੂਦ ਸਾਰੇ ਵਿਦਿਆਰਥੀਆਂ ਅਤੇ ਔਰਤਾਂ ਨੂੰ ਜਾਗਰੂਕਤਾ ਫੈਲਾਈ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲਾਂ ਵਿੱਚ ਸ਼ਾਮਿਲ ਹੋ ਕੇ ਦੇਸ਼ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪੇਸ਼ ਹੈ ਸਾਡੇ ਪੱਤਰਕਾਰ ਜਤਿੰਦਰ ਪਾਲ ਕਲੇਰ ਦੀ ਇਹ ਰਿਪੋਰਟ। ਦੇ ਦਿਨ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ? ਮੈਂ ਕਮਲ ਸਿਸੋਦੀਆ, ਕਮਾਂਡੈਂਟ 13 ਬਟਾਲੀਅਨ CRPF। ਆਜ ਸਭੀ ਕੋ ਮਹਿਲਾ ਦਿਵਸ ਕੀ ਬਹੁਤ ਸਾਰੀ ਸ਼ੁਭਕਾਮਨਾਏ। ਆਈ ਵਿਸ਼ ਅ ਵੈਰੀ ਹੈਪੀ ਵੁਮੈਨਸ ਡੇ ਟੂ ਵਨ ਐਂਡ ਆਲ। ਮਹਿਲਾ ਦਿਵਸ ਕੇ ਦਿਨ ਸਮਸਤ ਨਾਰੀ ਸ਼ਕਤੀ ਕੋ ਮੇਰਾ ਪ੍ਰਣਾਮ, ਵੰਦਨ ਔਰ ਅਭਿਨੰਦਨ। ਮੈਂ ਇਹੀ ਸੰਦੇਸ਼ ਦੇਣਾ ਚਾਹਤੀ ਹੂੰ ਕਿ ਜਿਤਨੀ ਜ਼ਿਆਦਾ ਮਹਿਲਾਏ ਯੂਨੀਫਾਰਮ ਮੇ ਆਏਂਗੀ ਉਤਨਾ ਹੀ ਜ਼ਿਆਦਾ ਬਿਹਤਰ, ਸੁਰੱਖਿਅਤ ਔਰ ਸੇਫ ਯੇ ਸਮਾਜ, ਯੇ ਰਾਸ਼ਟਰ ਔਰ ਯੇ ਵਿਸ਼ਵ। ਕਹਤੇ ਹੈ ਕਿ ਸੀਨੇ ਮੇ ਜਨੂਨ ਔਰ ਆਂਖੋਂ ਮੇ ਦੇਸ਼ ਭਗਤੀ ਕੀ ਚਮਕ ਰੱਖਤੀ ਹੂੰ। ਸੀਨੇ ਮੇ ਜਨੂਨ ਔਰ ਆਂਖੋਂ ਮੇ ਦੇਸ਼ ਭਗਤੀ ਕੀ ਚਮਕ ਰੱਖਤੀ ਹੂੰ, ਦੁਸ਼ਮਨ ਕੀ ਸਾਸੇ ਥਮ ਜਾਏ, ਆਵਾਜ਼ ਮੇ ਇਤਨੀ ਥਮਕ ਰੱਖਤੀ ਹੂੰ। ਤੋ CRPF ਕੀ ਵੀਰਾਂਗਨਾਏ ਆਜ ਭਾਰਤ ਹੀ ਨਹੀਂ ਬਲਕਿ ਵਿਸ਼ਵ ਕੇ ਕੋਨੇ ਕੋਨੇ ਮੇ ਆਪਣੀ ਵੀਰਤਾ ਕਾ ਪਰਚਮ ਲਹਿਰਾ ਰਹੀ ਹੈ। CRPF ਇੱਕ ਐਸਾ ਮਹਾਨ ਬਲ ਹੈ ਜਿਸਕੀ ਨਾਰੀ ਸ਼ਕਤੀ ਉਸ ਮੁਕਾਮ ਤੱਕ ਪਹੁੰਚ ਚੁੱਕੀ ਹੈ ਜਿਸਕੋ ਦੇਖ ਕਰ ਦੁਸ਼ਮਨ ਦਾਦੋ ਤਲੇ ਉਂਗਲੀ ਦਬਾ ਲੇਤਾ ਹੈ। ਔਰ ਨਾਰੀ ਸ਼ਕਤੀ ਕੀ ਐਸੀ ਮਿਸਾਲ ਆਪਣੇ ਆਪ ਮੇ ਇੱਕ ਅਨੂਠੀ ਹੈ, ਬੇਮਿਸਾਲ ਹੈ। ਤੋ ਜਿਤਨੀ ਜ਼ਿਆਦਾ ਮਹਿਲਾਏ ਔਰ ਬੱਚੀਆਂ CRPF ਮੇ ਔਰ ਐਸੇ ਸੁਰੱਖਿਆ ਬਲੋਂ ਮੇ, ਪੁਲਿਸ ਬਲੋਂ ਮੇ ਆਏਂਗੀ ਉਤਨਾ ਹੀ ਜ਼ਿਆਦਾ ਬਿਹਤਰ ਰਹੇਗਾ। ਔਰ ਉਸਕੇ ਲੀਏ ਯੇ ਯੂਨੀਵਰਸਿਟੀਜ਼ ਔਰ ਕਾਲਜਿਸ ਸਭਸੇ ਅੱਛਾ ਪਲੇਟਫਾਰਮ ਹੋਤੇ ਹੈ। ਇਸੀ ਲੀਏ ਮੈਂ ਆਜ ਲੈਮਰਿਨ ਟੈਕ ਯੂਨੀਵਰਸਿਟੀ ਕੇ ਇਸ ਕੈਂਪਸ ਮੇ ਆਈ ਹੂੰ ਔਰ ਯਹਾਂ ਕੇ ਬੱਚੋਂ ਕੋ ਬੱਚੀਓ ਕੋ ਯਹਾਂ ਕੇ ਟੀਚਰਸ ਕੋ ਉਹਨੇ ਮੋਟੀਵੇਟ ਕੀਆ ਔਰ ਵੋ ਜੋਸ਼ ਵੋ ਜਨੂਨ ਉਨਕੇ ਅੰਦਰ ਦੇਖਤੇ ਹੀ ਬਨ ਰਹਾ ਥਾ। ਲੈਮਰਿਨ ਟੈਕ ਯੂਨੀਵਰਸਿਟੀ ਸਕਿੱਲ ਕੇ ਲੀਏ ਜੋ ਬਹੁਤ ਅੱਛਾ ਕਾਰਯ ਕਰ ਰਹੀ ਹੈ ਉਸਮੇ ਯਹਾਂ ਪੇ ਜੋ ਇਨਕੇ ਮੈਡਮ ਵਾਈਸ ਚਾਂਸਲਰ ਹੈ ਡਾਕਟਰ ਕੌਰ ਔਰ ਇਨਕੇ ਹਸਬੈਂਡ ਡਾਕਟਰ ਵੋਰਾ, ਉਨਕਾ ਜੋ ਇਨੀਸ਼ੀਏਟਿਵ ਹੈ ਵਾਕਈ ਕਾਬਿਲੇ ਤਾਰੀਫ ਹੈ। ਕਿਉਂਕਿ ਕੇਵਲ ਕਾਲਜ ਕੀ ਫਾਰਮਲ ਐਜੂਕੇਸ਼ਨ ਕੇ ਸਥਾਨ ਪਰ ਜਬ ਉਨਕੋ ਹਮ ਸਕਿਲਿੰਗ ਕਰਾਤੇ ਹੈ ਤੋ ਹਮਕੋ ਸੈਲਫ ਡਿਵੈਲਪਮੈਂਟ ਯਾਨੀ ਆਤਮ ਨਿਰਭਰ ਬਣਨੇ ਕੀ ਪ੍ਰੇਰਣਾ।
तो स्किल डेवलपमेंट के द्वारा किसी को अगर हम आत्मनिर्भर बना सकते हैं तो उससे बेहतर कुछ नहीं है। मैम आज की कहना चाहते हैं, आज दिन तक तुम की स्नेहा देना चाहते हो? मैं लेमन टेक्स के लिए यूनिवर्सिटी जो कि पंजाब की पहली स्किल यूनिवर्सिटी है दे बिहाफ से सारी लेडीज इंटरनेशनल वुमेन्स डे की बहुत बहुत बधाई देनी है ते सीआरपीएफ की धन्यवादी हाँ हू हैज कम फॉरवर्ड टू विद अस टू सेलीब्रेट दिस स्पेशल डे विद अस। इस प्लेटफॉर्म तो मैं ये कहना चाहूँगी कि मैक्सिमम वुमेन एजुकेशन लिए अगे आना चाहिए तो स्किल डेवलपमेंट करनी चाहिए सो दैट दे कैन बिकम फाइनेंशियली इंडिपेंडेंट और वो अपने आप को स्ट्रेंथन कर सकन अपनी फैमिली अपनी सोसाइटी मैक्सिमम कॉन्ट्रीब्यूशन कर सकन। दिस इज द होल मैसेज फ्रॉम माय स्नेहा देना चाहते हो तुम अज के दिवस से देना चाहनी हाँ। बेसिकली 1975 तो यूनाइटेड नेशंस ने प्रूव किया था तो मनाया जा रहा है बट मेन ये पर्पस है कि आप वुमेन की अचीवमेंट्स को हर फील्ड के अपलॉड करिए। पर मैं ये भी चाहूँगी कि जितने आप अपलॉड कर रहे हैं आप लेडीज को रिस्पैक्ट करने की भी एक आदत पाई है। आप अपने जिन्हें मेल मैंबरस ने अपनी फैमिली के ये काम उतों ही शुरू हो सकता है कि आप जिन्हें लेडीज़ ने आप उन्होंने अपनी लेडीज़ की रिस्पैक्ट ਅਤੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦੇਈਏ। ਜਿੱਦਾਂ ਸੀ ਐੱਫ ਐੱਫ ਮੈਮ ਨੇ ਦੱਸਿਆ ਕਿ ਤੁਸੀਂ ਫੌਜ ਪਾ ਸਕਦੇ ਹੈਗੇ ਹੋ ਸਕਿੱਲ ਯੂਨੀਵਰਸਿਟੀ ਲੈਮਰਨ ਟੈਕ ਦੇ ਵਿੱਚ ਤੁਸੀਂ ਕੁੜੀਆਂ ਨੂੰ ਸਿਰਫ ਸੈਲਫ ਇੰਪਲੋਇਡ ਬਣਾਉਣ ਦੀ ਸ਼ਕਤੀ ਦੇ ਰਹੇ ਹੈਗੇ। ਉਹਦੇ ਨਾਲ ਆਪਾਂ ਚਾਹੁੰਦੇ ਹਾਂ ਕਿ ਜਿੱਥੇ ਨਾਲ ਮੁੰਡੇ ਵੀ ਨੇ ਆਪਾਂ ਮੁੰਡਿਆਂ ਨੂੰ ਵੀ ਸਿਖਾਈਏ ਕਿ ਜਿੰਨੀਆਂ ਲੇਡੀਜ਼ ਨੇ ਦੇ ਆਰ ਨੋਟ ਓਬਜੈਕਟਸ ਉਹ ਉਹਨਾਂ ਦੇ ਬਰਾਬਰ ਦੀਆਂ ਇੱਕੋ ਹੀ ਗੱਡੀ ਦੇ ਦੋ ਪਹੀਏ ਨੇ ਜਿਨ੍ਹਾਂ ਨੂੰ ਰੱਬ ਨੇ ਭਲੇ ਹੀ ਡਿਫਰੈਂਟਲੀ ਬਣਾਇਆ ਹੈਗਾ ਬਟ ਦੇ ਆਰ ਸਪੋਜ਼ ਟੂ ਕੰਪਲੀਮੈਂਟ ਈਚ ਅਦਰ ਐਂਡ ਜਦੋਂ ਤੱਕ ਆਪਾਂ ਇਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕਰਾਂਗੇ ਅੱਜ ਹਲਕਾ ਨਾਭਾ ਤੋਂ ਅਕਾਲੀ ਦਲ ਦੇ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨਾਲ ਮਿਲ ਕੇ ਰੋਡ ਜਾਮ ਕਰਦਿਆਂ ਪੰਜਾਬ ਸਰਕਾਰ ਦੇ ਖਿਲਾਫ਼ ਧਰਨਾ ਦਿੱਤਾ ਗਿਆ। ਉਹਨਾਂ ਕਿਹਾ ਕਿ ਆਪ ਦੁਆਰਾ ਸਰਕਾਰ ਬਣਨ ਉਪਰੰਤ ਅੱਜ ਤੱਕ ਨਾਭਾ ਗੋਬਿੰਦਗੜ੍ਹ ਦੀ ਪੂਰੀ ਤਰ੍ਹਾਂ ਟੁੱਟ ਚੁੱਕੀ ਸੜਕ ਦੀ ਰਿਪੇਅਰ ਤੱਕ ਨਹੀਂ ਕੀਤੀ ਗਈ। ਇਸੇ ਤਰ੍ਹਾਂ ਹੀ ਨਾਭਾ ਦੇ ਇਤਿਹਾਸਕ ਗੁਰਦੁਆਰਾ ਘੋੜਿਆਂਵਾਲਾ ਸਾਹਿਬ ਵਾਲੀ ਸੜਕ ਦਾ ਵੀ ਬਹੁਤ ਮਾੜਾ ਹਾਲ ਹੈ। ਹਰ ਰੋਜ਼ ਸੰਗਤ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਆਉਂਦੀ ਹੈ ਤੇ ਸੰਗਤ ਨੂੰ ਸੜਕ ਦੀ ਮਾੜੀ ਹਾਲਤ ਕਾਰਨ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਨਾਭਾ ਜਿਹੜਾ ਹੈਗਾ ਤਬਾਹ ਹੋ ਚੁੱਕਿਆ। ਨਵਾਬਾ ਨਾਭਾ ਸਭ ਤੋਂ ਭੈੜਾ ਸ਼ਹਿਰ ਬਣ ਚੁੱਕਿਆ ਜਦੋਂ ਕਿ ਰਿਆਸਤੀ ਸ਼ਹਿਰ ਹੈ। ਇਸ ਸ਼ਹਿਰ ਦੀਆਂ ਦੁਨੀਆਂ ਵਿੱਚ ਗੱਲਾਂ ਚੱਲਦੀਆਂ ਸਨ ਪਰ ਇਸ ਸ਼ਹਿਰ ਦੀ ਰਸਤੀ ਅੱਜ ਤਬਾਹ ਹੋ ਰਹੀ ਹੈ। ਇਸ ਸ਼ਹਿਰ ਦੇ ਕਾਰੋਬਾਰ ਤਬਾਹ ਹੋ ਰਹੇ ਨੇ ਕਿਉਂਕਿ ਜਦੋਂ ਸੜਕਾਂ ਟੁੱਟ ਜਾਣ ਤਾਂ ਫਿਰ ਉਹ ਕਾਰੋਬਾਰ ਦੇ ਉੱਪਰ ਅਸਰ ਪੈਂਦਾ, ਲੋਕਾਂ ਦੇ ਕੰਮਾਂ ਕਾਰਾਂ 'ਤੇ ਅਸਰ ਪੈਂਦਾ। ਸੜਕਾਂ ਨਹੀਂ ਬਣ ਰਹੀਆਂ, ਜਿਹੜੀਆਂ ਲੋਕਾਂ ਨੂੰ ਪੈਨਸ਼ਨਾਂ ਦੇਣੀਆਂ ਸੀਗੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ। ਇਹ ਜਿਹੜੀਆਂ ਬੀਬੀਆਂ ਨੂੰ ਹਜ਼ਾਰ ਰੁਪਏ ਮਹੀਨਾ ਦੇਣਾ ਸੀ ਉਹ ਨਹੀਂ ਦਿੱਤਾ ਜਾ ਰਿਹਾ। 26-26 ਹਜ਼ਾਰ ਰੁਪਏ ਇੱਕ ਬੀਬੀ ਦਾ ਪੈਂਡਿੰਗ ਹੋ ਗਿਆ। ਸੋ ਇਹ ਗੱਲ ਕਹਿਣੀ ਚਾਹੁੰਦੇ ਹਾਂ, ਮੁੱਖ ਮੰਤਰੀ ਜਿਹੜਾ ਗੱਪੀ ਜਿਨ੍ਹਾਂ ਨੇ ਝੂਠ ਬੋਲ ਕੇ ਸਰਕਾਰ ਬਣਾਇਆ, ਉਹ ਸਰਕਾਰ ਹੁਣ ਜਾਗੇ ਲੋਕਾਂ ਦੇ ਕੰਮ ਕਰੇ। ਜਿਹੜੇ ਕਾਰਡ ਲੋਕਾਂ ਦੇ ਇਕੱਠੇ ਉਹ ਇੱਕ ਇੱਕ ਸਾਲ ਦਾ ਰਾਸ਼ਨ ਇਹਨਾਂ ਨੇ ਖਾ ਲਿਆ। ਜਿਹੜਾ ਕਹਿੰਦੇ ਘਰ ਘਰ ਰਾਸ਼ਨ ਲੈ ਕੇ ਜਾਵਾਂਗੇ ਉਹ 5-5 ਕਿਲੋ 10-10 ਜੀਆਂ ਨੂੰ ਦਿੰਦੇ ਫਿਰਦੇ ਨੇ। ਸੋ ਅਸੀਂ ਇਹਨਾਂ ਗੱਲਾਂ ਦੀ ਨਿਖੇਧੀ ਕਰਦੇ ਹਾਂ ਤੇ ਸਰਕਾਰ ਨੂੰ ਜਿੱਤਾਂ ਜਗਾਉਣ ਵਾਸਤੇ ਆਏ ਹਾਂ। ਜਿਹੜਾ MLA ਆ ਇੱਥੇ ਦਾ ਉਹ ਦੂਸਰੇ ਤੀਸਰੇ ਦਿਨ ਕੈਨੇਡਾ ਜਾ ਵੜਦਾ, ਉਹਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੈਨੂੰ ਲੋਕਾਂ ਨੇ ਇੱਥੇ ਦਾ ਨਾ ਸੁਣਿਆ, ਤੂੰ 5 ਲੱਖ ਰੁਪਏ ਹਰੇਕ ਮਹੀਨੇ ਜਾ ਕੇ ਖਰਚ ਕਰਦਾ, ਕਿੱਥੋਂ ਪੈਸਾ ਆ ਰਿਹਾ, ਕਿਹੜੀਆਂ ਲੋਕਾਂ ਤੋਂ ਤੇਰੀ ਕੋਲ ਕਿਹੜੀ ਖੱਟ ਸੀ। ਜੇ ਤੇਰਾ ਬਾਪੂ ਸਾਈਕਲ ਚਲਾਉਂਦਾ ਸੀ ਤਾਂ ਸਾਈਕਲ ਦੀ ਪੈਂਚਰ ਲਾ ਕੇ ਤਾਂ 5 ਲੱਖ ਰੁਪਏ ਮਹੀਨੇ ਦਾ ਖਰਚ ਨਹੀਂ ਕੀਤਾ ਜਾ ਸਕਦਾ। ਫੇਸ ਕਰਕੇ ਸਰਕਾਰ ਨਿਕਲ
ਕਮੀ ਸਰਕਾਰ ਨੂੰ ਹਾਏ ਹਾਏ ਕਰਨ ਵਾਸਤੇ ਆਏ ਹਾਂ। ਸਰਕਾਰ ਹਰ ਪਾਸਿਓਂ ਫੇਲ ਹੋ ਚੁੱਕੀ ਹੈ। ਅੱਜ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਲੋਕਾਂ ਦੀਆਂ ਧੀਆਂ ਭੈਣਾਂ ਦੇ ਕਾਂਟੇ, ਲੋਕਾਂ ਦੇ ਜਿਹੜੇ ਕਿ ਕਿਸੇ ਦੀਆਂ ਟੂੰਬਾਂ ਲਾ ਜਾਂਦੇ ਨੇ, ਕਿਸੇ ਦਾ ਬੈਗ ਖੋ ਕੇ ਲੈ ਜਾਂਦੇ ਨੇ, ਇਹਨਾਂ ਅਨਕੰਟਰੋਲ ਹੋ ਚੁੱਕੀ ਹੈ ਪੰਜਾਬ ਸਰਕਾਰ। ਅਕਾਲੀ ਦਲ ਵੱਲੋਂ ਧਰਨਾ ਦਿੱਤਾ ਜਾ ਰਿਹਾ ਨਾਭਾ, ਜਿਹੜੀ ਗੋਬਿੰਦਗੜ੍ਹ ਨੂੰ ਸੜਕ ਜਾਂਦੀ ਆ ਭਵਾਨੀਗੜ੍ਹ ਤੋਂ, ਉਹਦਾ ਬਹੁਤ ਬੁਰਾ ਹਾਲ ਆ। ਬਹੁਤ ਵੱਡੇ ਵੱਡੇ ਟੋਏ ਪਏ ਨੇ। ਸਰਕਾਰ ਨੇ ਵਾਅਦੇ ਕਰੇ ਸੀਗੇ ਵੀ ਇਹ ਅਸੀਂ ਵਿਕਾਸ ਕਰਾਂਗੇ। ਜਿਹੜਾ ਇਸ ਨਾਭੇ ਦੇ ਸੜਕ ਜਾਂਦੀ ਹੈ ਇਹਦਾ ਬੁਰਾ ਹਾਲ ਆ। ਇਸ ਨੂੰ ਬਣਾਉਣ ਦੇ ਸੰਬੰਧ ਦੇ ਵਿੱਚ ਵੀ ਇਹ ਬਣਾਈ ਜਾਵੇ, ਕਿਉਂਕਿ ਗਰੰਟਾਂ ਕਈ ਵਾਰ ਦਿਖਾਈਆਂ ਗਈਆਂ ਨੇ ਵੀ ਇਹ ਸੜਕ ਦੀਆਂ ਅਸੀਂ ਪਾ ਚੁੱਕੇ, ਇਹਦਾ ਮੁਰੰਮਤ ਸ਼ੁਰੂ ਕਰਾਂਗੇ, ਪਰ ਕੰਮ ਨਹੀਂ ਸ਼ੁਰੂ ਹੋਇਆ। ਪਤਾ ਨਹੀਂ ਉਹ ਗੱਲਾਂ ਹੀ ਸੀਗੀਆਂ। ਇਸ ਨੂੰ ਬਣਾਉਣ ਦੇ ਸੰਬੰਧ ਵਿੱਚ ਇਸ ਧਰਨਾ ਲਾਇਆ ਗਿਆ। ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਜੀ ਦੀ ਅਗਵਾਈ ਵਿੱਚ ਲੱਗਿਆ, ਅਤੇ ਹੋਰ ਵੀ ਬਹੁਤ ਕੰਮ ਨੇ ਜਿਹੜੇ ਰੁਕੇ ਪਏ ਨੇ ਉਹਨਾਂ ਨੂੰ ਕਰਵਾਉਣ ਦੇ ਸੰਬੰਧ ਦੇ ਵਿੱਚ, ਕਿਉਂਕਿ ਜਿਹੜੀ ਇਹ ਸੜਕ ਆ ਇਹ ਸ਼੍ਰੋਮਣੀ ਅਕਾਲੀ ਦਲ ਦੀ ਬਣਾਈ ਹੋਈ ਸੀਗੀ, ਉਸ ਤੋਂ ਬਾਅਦ ਨਹੀਂ ਬਣੀ। ਉਸ ਤੋਂ ਬਾਅਦ 5 ਸਾਲ ਇੱਥੇ ਸਰਕਾਰ ਕਾਂਗਰਸ ਦੀ ਵੀ ਰਹੀ ਆ, ਹੁਣ 2 ਸਾਲ ਆਮ ਪਾਰਟੀ ਸਰਕਾਰ ਨੂੰ ਹੋ ਗਏ। ਅਕਾਲੀ ਦਲ ਦੀ ਬਣਾਈ ਹੋਈ ਸੜਕ ਹੀ ਚੱਲ ਰਹੀ ਆ, ਜੋ ਕਿ 10-12 ਸਾਲ ਹੋ ਗਏ ਸਰਕਾਰ ਸੜਕ ਬਣੀ। ਅਤੇ ਅੱਜ ਅਸੀਂ ਇਸ ਧਰਨਾ ਲਾ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਵੀ ਇਹ ਸੜਕ ਦਾ ਜਲਦੀ ਜਲਦੀ ਕੰਮ ਸ਼ੁਰੂ ਕਰਿਆ ਜਾਵੇ, ਅਤੇ ਸੜਕ ਦੇ ਵਿੱਚ ਰਾਹਗਾਰੀ ਜਿਹੜੇ ਜਾਂਦੇ ਨੇ ਉਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਸਾਹਮਣਾ ਕਰਨਾ ਪੈਂਦਾ, ਉਹ ਸੜਕਾਂ ਦੇ ਵਿੱਚ ਐਡੇ ਐਡੇ ਟੋਇਆਂ ਵੀ ਗੱਡੀਆਂ ਦੇ ਟਾਇਰ ਵਿੱਚ ਲੱਗ ਲੱਗ ਕੇ ਗੱਡੀਆਂ ਦਾ ਐਕਸਲ ਵਗੈਰਾ ਟੁੱਟ ਜਾਂਦਾ, ਸਾਰਾ ਕੰਮ ਰੁਕਿਆ ਜਾਂਦਾ ਜੇ ਕੋਈ ਵਾਹਨ ਜਾਂਦਾ, ਤਾਂ ਉਸ ਨੂੰ ਬਣਾਉਣ ਦੇ ਸੰਬੰਧ ਵਿੱਚ ਇਹ ਧਰਨਾ ਲਾਇਆ ਗਿਆ ਜੀ। ਹਾਂ, ਜਿਹੜੀ ਗੁਰਦੁਆਰਾ ਸਾਹਿਬ ਦੀ ਸੜਕ ਆ ਆਪਣੇ ਘੋੜਿਆਂ ਵਾਲੇ ਗੁਰਦੁਆਰੇ ਦੀ, ਉਹ ਵੀ ਵਾਅਦਾ ਕੀਤਾ ਸੀ ਵੀ ਅਸੀਂ ਸਰਕਾਰ ਬਣਦੀ ਸੜਕ ਨੂੰ ਬਣਾਵਾਂਗੇ, ਕਿਉਂਕਿ ਉੱਥੇ ਕਈ ਵਾਰ ਖੜ ਕੇ ਕਿਹਾ ਵੀ ਗਿਆ ਵੀ ਜਦੋਂ ਸਰਕਾਰ ਬਣ ਕੇ ਅਸੀਂ ਸੜਕ ਨੂੰ ਬਣਾਵਾਂਗੇ। ਉਹ ਸੜਕ ਵੀ ਬਣਾਉਣ ਵਾਲੀ ਆ, ਉਸਦਾ ਵੀ ਬਹੁਤ ਬੁਰਾ ਹਾਲ ਆ ਸੜਕ ਦਾ, ਕਿਉਂਕਿ ਜਿਹੜੇ ਵਿਕਾਸ ਹੋਏ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਏ ਆ, ਉਸ ਤੋਂ ਬਾਅਦ ਕੋਈ ਐਡਾ ਵਿਕਾਸ ਨਹੀਂ ਹੈਗਾ। ਸਾਰਾ ਕੰਮ ਉੱਥੇ ਦੀ ਉੱਥੇ ਖੜਾ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਈ ਸੀ ਉੱਥੇ ਦੀ ਉੱਥੇ ਸਾਰਾ ਕੰਮ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ 4 ਕਾਂਗਰਸੀ ਆਗੂ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ। ਇਸ ਸਮੇਂ 4 ਆਗੂ ਨਾਭਾ ਜੇਲ੍ਹ ਵਿੱਚ ਬੰਦ ਸਨ ਤੇ 4 ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ। 4 ਆਗੂਆਂ ਦੀ ਜ਼ਮਾਨਤ ਪਟੀਸ਼ਨ ਤੇ ਸਿਵਲ ਜੱਜ ਤਨਿਸ਼ਟ ਗੋਇਲ ਦੀ ਅਦਾਲਤ ਵਿੱਚ ਸੁਣਾਈ ਹੈ ਤੇ ਅਦਾਲਤ ਨੇ 4 ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਕਿਉਂਕਿ ਅਸੀਂ ਤਾਂ ਪਰਿਵਾਰ ਖਾਤਰ ਅੰਦਰ ਗਿਆ ਸੀ, ਸਾਰਾ ਪਰਿਵਾਰ ਇੱਧਰ ਆਸ਼ੂ ਜੀ, ਲੋਕਾਂ ਖਾਤਰ ਕੋਈ ਪਹਿਲੀ ਜੇਲ੍ਹ ਨਹੀਂ। ਇੱਧਰ ਸੰਜੇ ਤਲਵਾਰ ਜੀ ਖੜ੍ਹੇ ਆ, ਸਾਡੇ ਪ੍ਰਧਾਨ ਨੇ ਜ਼ਿਲ੍ਹੇ ਦੇ, ਇੱਧਰ ਸਾਡੇ ਸੀਨੀਅਰ ਡਿਪਟੀ ਮੇਅਰ ਰਹੇ ਆ, ਇਹ ਆਪ ਮਲਹੋਤਰਾ ਸਾਹਿਬ ਖੜ੍ਹੇ ਆ, ਅਤੇ ਸਾਡੇ ਲਈ ਜੇਲ੍ਹਾਂ ਇਹ ਤਾਂ ਗੱਲ ਇਹ ਆ ਵੀ ਕਵੀ ਬਾਬੂ ਰੇਲ ਮੇ ਕਵੀ ਜੇਲ੍ਹ ਮੇ, ਇਸ ਕਰਕੇ ਇਹ ਕੋਈ ਵੱਡੀਆਂ ਗੱਲਾਂ ਨਹੀਂ ਲੋਕਾਂ ਦੇ ਲਈ, ਕਿਉਂਕਿ ਲੋਕਾਂ ਦੀ ਆਵਾਜ਼ ਉਠਾਈ ਆ। ਜਿਹੜੇ ਕਾਲੇ ਅੰਗਰੇਜ਼ ਆਏ ਹੋਏ ਆ, ਕਾਲੇ ਗੋਰੇ ਨੇ ਜਿਹੜੇ, ਇਹ ਭਜਾਉਣੇ ਆ ਕਿ ਨਹੀਂ ਭਜਾਉਣੇ, ਇਹਨਾਂ ਖਾਤਰ ਜੇਲ੍ਹਾਂ ਕੱਟਣੀਆਂ ਹੀ ਪੈਂਦੀਆਂ ਹੈ। ਅਤੇ ਅਸੀਂ ਤਾਂ ਲੋਕਾਂ ਦਾ ਬਜਟ ਦਾ ਜਿਹੜਾ 1,000 ਰੁਪਈਆ ਇਹਨਾਂ ਨੇ ਗਰੰਟੀ ਦਿੱਤੀ ਸੀ, ਗਰੰਟੀ 1,000 ਦੀ, ਉਹ ਕਿੱਥੇ ਆ ਜੀ? 2,500 ਰੁਪਈਆ ਜਿਹੜੀ ਪੈਨਸ਼ਨ ਦੀ ਗੱਲ ਕੀਤੀ ਸੀ ਉਹ ਕਿੱਥੇ ਆ ਜੀ? ਜਿਹੜੀ ਸ਼ਗਨ ਸਕੀਮ ਦੀ ਗੱਲ ਕੀਤੀ ਸੀ ਉਹ ਕਿੱਥੇ ਆ ਜੀ? MSP ਚੁਟਕੀ ਮਾਰ ਕੇ ਆਉਣੀ ਸੀ ਉਹ ਕਿੱਥੇ ਆ ਜੀ? ਅਤੇ ਇਹ ਹਰ ਪਾਸੇ ਹਰ ਦਫ਼ਤਰ 'ਚ ਜੋ ਲੁੱਟ ਹੋ ਰਹੀ ਆ, ਚਾਹੇ ਉਹ ਕੋਈ ਮਹਿਕਮਾ ਹੋਏ, ਚਾਹੇ ਪਟਵਾਰੀ ਆਪਣਾ ਕੰਮ ਛੱਡੀ ਬੈਠੇ ਆ, BDO ਤਹਿਸੀਲਦਾਰ ਕਿਤੇ ਹੈ ਹੀ ਨਹੀਂ ਗਏ, ਅਫਸਰ ਨੇ ਜਿਹੜੇ ਉਹ ਬਿਲਕੁਲ ਉਹਨਾਂ ਦੇ ਹੱਥ ਕਿਸੇ ਦੀ ਕੋਈ ਲਗਾਮ ਨਹੀਂ, ਕਿਉਂਕਿ ਕਿਸੇ ਦੇ ਪੱਲੇ ਕਿਉਂ ਨਹੀਂ? ਕਿਉਂਕਿ ਸਭ ਕੁਛ ਜਿਹੜਾ ਉਹ ਦਿੱਲੀਓਂ ਚੱਲਦਾ ਹੈ। ਦਿੱਲੀ ਕੇਜਰੀਵਾਲ ਉਹਨਾਂ ਅੱਗੇ ਰੱਖਿਆ ਹੋਇਆ ਇੱਕ ਰਾਗਵ ਚੱਡਾ, ਅਤੇ ਉਹ ਚੱਡਾ ਉਹ ਸਾਰਾ ਕੁਛ ਉਰੇ ਲੁੱਟਦਾ ਮਾਰਦਾ, ਉੱਥੋਂ ਆਰਡਰ ਆਉਂਦੇ ਆ,
ਉਰੇ ਨਾ ਕਿਸੇ ਕੈਬਨਿਟ ਦੇ ਕਿਸੇ ਦੇ ਕੁਛ ਪੱਲੇ ਨਹੀਂ ਗਾ। ਸਿਰਫ ਆ ਜੇਲ੍ਹ ਕਿਉਂ, ਜੇਲ੍ਹ ਕਿੱਡੀ, ਇਹ ਗੱਲ ਕੀ ਸੀ ਜੇਲ੍ਹ ਵਾਲੀ? ਮੈਨੂੰ ਇਹ ਦੱਸੋ ਨਾ, ਇਹ ਆਦਤ ਪਈ ਆ ਬਈ ਵਿਜੀਲੈਂਸ ਰਾਹੀਂ, ਪੁਲਿਸ ਰਾਹੀਂ, ਵੀ ਜਦੋਂ ਵੀ ਲੱਤਾਂ ਕੰਬਦੀਆਂ ਨੇ ਨਾ ਕੇਜਰੀਵਾਲ ਦੀਆਂ, ਤਾਂ ਉਹ ਪੰਜਾਬ ਪੁਲਿਸ ਨੂੰ ਅੱਗੇ ਕਰਦਾ। ਨਹੀਂ, ਇਹਨਾਂ 'ਚ ਤੁਹਾਨੂੰ ਯਾਦ ਹੋਣਾ, ਇੱਕ ਬੀਜੇਪੀ ਦਾ ਲੀਡਰ, ਉਹ ਬੱਗਾ ਉਹਨੂੰ ਚੱਕਣ ਗਈ ਸੀ ਅਤੇ ਦੇਖ ਲਿਆ ਸੀ ਹਰਿਆਣੇ ਪੁਲਿਸ ਨੇ ਕਿਵੇਂ ਖੋਲ੍ਹੇ ਸੀ ਰਾਹ 'ਚ। ਅਤੇ ਇਹ ਐਸੇ ਬੰਦੇ ਆ ਵੀ ਜਿਹੜੇ ਕਿਸਾਨ ਸਾਡਾ ਗੋਲੀ ਮਾਰ ਕੇ ਸਾਡਾ ਨੌਜਵਾਨ ਮਾਰਤਾ, ਕਿੰਨੀਆਂ ਦੀਆਂ ਲੱਤਾਂ ਤੋੜਤੀਆਂ, ਕਿੰਨੇ ਦੀਆਂ ਅੱਖਾਂ ਕੱਢਤੀਆਂ, ਇਹ ਨਾ ਮਰਦਿਆਂ ਤੋਂ ਹਜੇ ਤੱਕ ਇਹਨਾਂ ਤੋਂ ਕਿਸੇ ਖਿਲਾਫ਼ FIR ਦਰਜ ਨਹੀਂ ਹੋਈ, 0 FIR। ਅਤੇ ਸਾਡੇ 'ਤੇ ਅਸੀਂ ਲੋਕਾਂ ਦੀ ਗੱਲ ਕਰਨ ਗਏ ਹਾਂ, ਅਤੇ ਉਹੀ CM ਸਾਹਿਬ ਭਗਵੰਤ ਮਾਨ ਸਾਹਿਬ ਤਾਲਾ ਹੈ ਜਿਹੜਾ ਉਹ ਵਿਧਾਨ ਸਭਾ 'ਚ ਲਈ ਫਿਰਦੇ ਸੀ, ਫਿਰ ਉਹਨਾਂ 'ਤੇ ਕਿਉਂ ਨਾ ਦਰਜ FIR ਹੋਵੇ? ਉਹਨਾਂ ਨੇ ਤਾਂ ਵਿਧਾਨ ਸਭਾ ਨੂੰ ਵੀ ਤਾਲਾ ਲਾਉਣ ਨੂੰ ਕਹਿਤਾ, ਕਿਉਂਕਿ ਕੁਛ ਹੋ ਹੀ ਨਹੀਂ ਰਿਹਾ। ਇਸ ਕਰਕੇ ਇਹ ਤਿਆਰ ਰਹਿਣ, ਇਹ ਹਰ ਇੱਕ ਕਾਂਗਰਸੀ, ਉਹ ਜੇਲ੍ਹ ਜਾਣ ਨੂੰ ਕੱਲ੍ਹ ਹਜ਼ਾਰਾਂ ਆਏ ਸੀ, ਫਿਰ ਇਹਨਾਂ ਦੀ ਹਿੰਮਤ ਨਹੀਂ ਪਈ ਵੀ ਕਿਸੇ ਨੂੰ ਇਹ ਜੇਲ੍ਹ ਲਿਜਾ ਸਕਣ, ਚਾਰਾਂ ਤੋਂ ਸਵਾਏ, ਅਤੇ ਸਾਰੇ ਤਿਆਰ ਬੈਠੇ ਆ। ਅੱਜ ਲੁਧਿਆਣੇ ਦੇਖਿਓ, ਜਾ ਕੇ ਅਗਲੀ ਰਣਨੀਤੀ ਬਣੇਗੀ, ਅਗਲਾ ਸੰਘਰਸ਼ ਜਾਰੀ ਰਹੂਗਾ। ਅਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ, ਉੱਠੋ, ਇਹਨਾਂ ਦੇ ਮੂਹਰੇ ਬਿਲਕੁਲ ਝੁਕੋ ਨਾ। ਜੇ ਦਬਕੇ ਮਾਰਦਾ ਮੈਂ ਫਲਾਨੇ 'ਤੇ ਕੇਸ ਖੋਲ੍ਹ ਦੂੰ, ਫਲਾਨੇ ਦੇ ਉਲਟ ਸਾਡੇ ਕੋਲ ਕਾਗਜ਼ ਨੇ, ਵਿਧਾਨ ਸਭਾ 'ਚ ਜਿਸ ਤਰੀਕੇ ਨਾਲ ਸਾਡੇ MLA ਲੋਕਾਂ ਲਈ ਜੂਝ ਰਹੇ ਆ, ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਹਾਂ, ਅਤੇ ਇਹ ਨਿਰੰਤਰ ਜਾਰੀ ਰਹੂ, ਹਰ ਜ਼ਿਲ੍ਹੇ 'ਚ ਜਾਊਗਾ। 66,000 ਕਰੋੜ ਰੁਪਈਆ ਤੁਸੀਂ 2 ਸਾਲਾਂ ਦੇ ਵਿੱਚ ਕਰਜ਼ਾ ਚਾੜਤਾ, ਤੁਸੀਂ ਕਿਹੜੀਆਂ ਗੱਲਾਂ ਕਰੋਗੇ? ਤੁਸੀਂ ਮੁਕਾਬਲਾ ਕਰੋਗੇ ਆਪਣਾ ਕੈਪਟਨ ਅਮਰਿੰਦਰ ਸਿੰਘ ਜੀ ਹੋਣਾ ਨਾਲ? ਤੁਸੀਂ ਮੁਕਾਬਲਾ ਕਾਂਗਰਸ ਨਾਲ ਕਰੋਗੇ? ਇਹ ਦੇਖੋ, ਇਹ ਤਾਂ ਬਿਲਕੁਲ ਹੀ, ਵਾਕਈ ਸਾਨੂੰ ਵੀ ਮਾੜੀ ਮੋਟੀ ਆਸ ਸੀ ਅੱਗੇ, ਪਰ ਬਿਲਕੁਲ ਜਲੂਸ ਨਿਕਲ ਗਿਆ, ਡਰਾਮਾ ਬਣ ਗਿਆ। ਅੱਜ ਉਹ ਜ਼ਿਲ੍ਹਿਆਂ ਦੀ ਹਾਲਤ ਆ, ਜਿਹੜਾ ਵੀ ਕੋਈ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਕਿਸੇ ਨਾਂ ਦੀ ਟੋਟਲ ਡਿਫੰਕ ਹੋ ਗਈ ਆ, ਕੋਈ ਫੈਸਲਾ ਨਹੀਂ, ਮੰਤਰੀਆਂ ਦੀ ਕੋਈ ਹਿੰਮਤ ਹੀ ਹੈ ਨਹੀਂ ਵੀ ਉਹਨਾਂ ਦੀ ਕੋਈ ਅਫਸਰ ਵੀ ਮੰਗ ਲਏ। ਅਤੇ ਤੁਸੀਂ ਲੈਂਗੁਏਜ ਕਦੇ ਸੋਚੀ ਯਾਰ? ਅਸੀਂ ਵੀ ਸਾਰੇ ਮੰਤਰੀ MLA ਰਹੇ ਹਾਂ, 3-3 ਵਾਰ ਪਾਰਲੀਮੈਂਟ ਚਲੇਗੇ, ਜਿਹੜਾ ਕੁਛ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਵਿਧਾਨ ਸਭਾ 'ਚ, ਉਹ ਲੋਕ ਦੇਖ ਕੇ ਕੀ ਕਹਿੰਦੇ ਹੋਣਗੇ ਵੀ ਇਹ ਪੰਜਾਬ ਕਿੱਧਰ ਨੂੰ ਜਾ ਰਿਹਾ? ਪੰਚਕੂਲਾ ਵਿੱਚ ਦਿਨ ਦਿਹਾੜੇ ਕਤਲ ਦਾ ਮਾਮਲਾ ਸਾਹਮਣੇ ਆ। ਪੰਚਕੂਲਾ ਦੇ Sector 2 'ਚ 3 ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਸੇਵਾ ਮੁਕਤ ਕਰਨਲ ਦੇ ਪਰਿਵਾਰ ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਸੇਵਾ ਮੁਕਤ ਕਰਨਲ RK ਸ਼ਰਮਾ ਦੀ ਪਤਨੀ ਦੀ ਮੌਤ ਹੋ ਗਈ। ਸੇਵਾ ਮੁਕਤ ਕਰਨਲ RK ਸ਼ਰਮਾ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਪੰਚਕੂਲਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਜਾਰੀ ਹੈ ਤੇ ਘਰ ਵਿੱਚ ਕੰਮ ਕਰਨ ਵਾਲੀ ਨੌਕਰਾਣੀ ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲੇ ਵਿੱਚ ਨੌਕਰਾਣੀ ਵੀ ਜ਼ਖਮੀ ਹੋ ਗਈ। ਹਾਂਜੀ ਆਂਟੀ, ਕੀ ਨਾਮ ਹੈ ਆਪਕਾ? ਰਾਮ ਉੱਠੀ। ਕੀ ਹੁਆ ਆਂਟੀ? ਭਈਆ ਬੈਠੇ ਤੇ ਮਿਲਣ ਆਇਆ ਥਾ ਇੱਕ ਲੜਕਾ, ਕਿ ਵੀ ਜੀ ਮੈਂ ਕਾਮ ਕਰਤਾ ਥਾ, ਸਭ ਕੋ ਮਿਲਣ ਆਇਆ ਹੂੰ। ਫਿਰ ਪਹਿਲਾਂ ਮੈਂ ਕਵਰ ਕਰ ਲਈ, ਉਨ ਸਭ ਬਾਤ ਕਰਤਾ ਰਿਹਾ, ਉਹ ਲੜਕਾ ਬਾਤ ਕਰਤਾ ਰਿਹਾ ਕਿ ਬੀਬੀ ਫਲਾਣੀ ਬਾਤ। ਅਤੇ ਫਿਰ ਮੈਂ ਉਹਨਾਂ ਗੇਟ ਖੁੱਲ੍ਹ ਕੇ ਦੋ ਬੰਦਾ ਹੋਰ ਆਏ ਥੇ, ਉਹਨਾਂ ਨੇ ਮੇਰਾ ਮੂੰਹ ਬੰਦ ਕਰ ਲਿਆ। ਅੱਛਾ, ਮੂੰਹ ਬੰਦ ਕਰ ਲਿਆ, ਇੱਕ ਨੇ ਹੱਥ ਪਕੜ ਲਿਆ, ਮਾਰ ਲਈ ਮੇਰੇ ਕੋਲ ਮੇਰਾ। ਅੱਛਾ, ਫਿਰ ਬਿਲਕੁਲ ਮਾਰਦੇ ਸਾਹ ਖਿੱਚ ਕੇ ਫਿਰ ਬੀਬੀ ਮਾਰੀ, ਫਿਰ ਸਾਹ ਮਾਰੋ, ਫਿਰ ਮੇਰਾ ਸਾਹ ਖਿੱਚ ਗਈ, ਮੈਂ ਬਿਲਕੁਲ ਸਾਹ ਤਾਂ ਬਿਲਕੁਲ ਛੋੜ ਕੇ ਤਬ ਗਈ ਹੈ। ਕਿੰਨੇ ਬੰਦੇ ਦੇ ਉਹ? 3 ਬੰਦਾ। ਅੱਛਾ, ਤੋ ਕਿਸ ਕਿਸ ਚੀਜ਼, ਕਿਸ ਹਥਿਆਰ ਸੇ ਆਪਕੇ ਉੱਪਰ ਹਮਲਾ ਕੀਆ ਥਾ?
मिलने साहब बीमार था तो बीवी से मिलने आया वो। अच्छा, बाकी हैं डंडे से मारा था हाथ से? उसने तबल से मारा था, तबल से मारा। हाँ, कुछ लूट के भी गए हैं घर से? ये भैया मुझे नहीं पते, अब एक ही कमरा में बैठे हम, बीवी बीवी साहब हम तीनों चारों एक ही कमरे में थी। एक कमरे में बंद कर दिया था? हाँ। अच्छा, फिर भी चले गए। आप क्या करते हो उस घर में? मैं झाड़ू पोछा करती हूँ। अबोहर पुलिस ने मंगलवार सवेरे एक सुनियारे व्यापारी नु अगवा करके करीब 60 लाख रुपए का सोना लुटन दे दोष विच पांच लोगों खिलाफ मामला दर्ज किया है। लुट दी वारदात दा मास्टरमाइंड सनी सोनी निकलिया, जो के सोने दे व्यापारी अन्ना मराठा वासी नई आबादी दा मुलाजम सी। जल्दी अमीर बनन दे लालच विच सनी ने चार होर नौजवानां नाल मिलके इस वारदात नु अंजाम दित्ता। कोई कल दी गल हैगी है जिदेच की पैसे वगैरा कुछ देंगे ਪਲੱਸ ਜਿਹੜਾ ਹੈਗਾ ਕੁਛ ਉਹਨੂੰ ਇਹਨਾਂ ਨੇ ਮਤਲਬ ਪੋਰਟ ਤੇ ਨਾ ਉਹ ਕਰਕੇ ਜਿਹੜਾ ਆਂਬਾ ਵਗੈਰਾ ਸਾਰਾ ਕੱਢ ਦਿੰਦੇ ਸੀ, ਗੋਲਡ ਰਹਿ ਜਾਂਦਾ ਸੀਗਾ। ਸੋ ਇਹ ਇਹਨਾਂ ਦਾ ਜਿਹੜਾ ਹੈਗਾ ਇਹ ਰੂਟੀਨ ਦਾ ਕੰਮ ਸੀਗਾ। ਪਰ ਇਹ ਕੀ ਹੋਇਆ ਕਿ ਉਹ ਇਹ 6:30 ਦੀ ਗੱਲ ਹੈ, 5 ਤਰੀਕ ਦੀ, ਕਿ ਜਦੋਂ ਇਹ ਸਟੇਸ਼ਨ ਤੋਂ ਉੱਤਰੇ ਦੋਨੋਂ ਹੋਏ ਸੀ ਐਜ ਯੂਜੁਅਲ ਜਿਵੇਂ ਆਉਂਦੇ ਆ, ਤਾਂ ਇਹਨਾਂ ਨੇ ਆਟੋ ਰਿਕਸ਼ਾ ਲਿਆ ਸੀ। ਈ ਰਿਕਸ਼ਾ ਬੈਠਣ ਤੋਂ ਬੈਠਣ ਸਾਰ ਪਹਿਲਾਂ ਜਿਹੜਾ ਇਹਦਾ ਦੋਸਤ ਨਾਲ ਸੋਨੀ ਅਸਿਸਟੈਂਟ ਸੀਗਾ ਉਹਨੂੰ ਉਤਾਰਤਾ। ਉਸ ਤੋਂ ਬਾਅਦ ਫਿਰ ਜਦੋਂ ਅੱਗੇ ਇਹ ਟੂਰ ਬਸਟਰ ਗਿਆ ਤਾਂ ਗੱਡੀ ਵਰਨਾ ਗੱਡੀ ਐਕਸੀਡੈਂਟ ਵਰਨਾ ਗੱਡੀ, ਹਾਂ, ਉਹਦੇ 'ਚ ਜਿਹੜੇ ਹੈਗੇ ਆ 3 ਜਣੇ ਉਤਰੇ ਅਤੇ ਉਹਨੂੰ ਜਿਹੜਾ ਹੈਗਾ ਵੀ ਦਿਸ਼ਾ ਤੋਂ ਪਾਰ ਕੇ ਟੂਵਰਡਸ ਗੋਬਿੰਦਗੜ੍ਹ ਵੱਲ ਲੈ ਗਏ। ਇਹਦੇ ਦੱਸਣ ਮੁਤਾਬਕ ਉੱਥੇ ਕਹਿੰਦੇ ਫਿਰ ਮੈਥੋਂ ਇਹਨਾਂ ਨੇ ਮੇਰਾ ਜਿਹੜਾ ਦੋਸਤ ਆ ਚਿਲ ਲਿਆ, ਧਮਕੀ ਦਿੱਤੀ, ਕਹਿੰਦੇ ਤੈਨੂੰ ਗੋਲੀ ਮਾਰ ਦਾਂਗੇ, ਹੈ ਨਾ, ਮੋਬਾਈਲ ਦਾ ਪਹਿਲਾਂ ਸਿੜਤਾ ਸੀਗਾ। ਸੋ ਇਸ ਚੀਜ਼ ਨੂੰ, ਇਸ ਖ਼ਬਰ ਨੂੰ ਜਦੋਂ ਹੀ ਸਾਡੇ ਧਿਆਨ 'ਚ ਆਇਆ ਤਾਂ ਸਾਰੇ ਸਾਡੇ ਜਿਹੜੇ ਹੈਗੇ ਆ ਅਬੋਹਰ ਪੁਲਿਸ, ਸਾਡੇ DSP ਸਾਹਿਬਾਨ ਅਤੇ ਈਵਨ ਸਾਡੇ SP ਓਪਰੇਸ਼ਨ ਹੈਗੇ, ਉਹਨਾਂ ਨੂੰ ਅਸੀਂ ਉੱਥੇ ਹਰਕਤ 'ਚ ਭੇਜਤਾ। ਅਤੇ ਡਿਊਰਿੰਗ ਜਿਹੜਾ ਹੈਗਾ ਸਰਕਮਸਟਾਂਸਿਸ ਦੇਖਣ ਤੋਂ ਬਾਅਦ ਜਿਹੜਾ ਸੋਨੂ ਹੈਗਾ, ਇਹ ਜਿਹੜਾ ਸੋਨੂ ਔਰ ਸੋਨੀ, ਇਹ ਤੋਂ ਜਿਹੜਾ ਹੈਗਾ ਇਹ ਦਾ ਕਾਫ਼ੀ ਜਿਹੜਾ ਹੈਗਾ ਡਾਊਟਫੁੱਲ ਕ੍ਰੀਏਟ ਹੋਇਆ। ਜਦੋਂ ਕੁਐਸਚਨਿੰਗ ਕੀਤੀ ਗਈ ਉਹਦੇ 'ਚ ਫਿਰ ਇਹਨੇ ਜਿਹੜਾ ਹੈਗਾ ਇਹ ਐਗਰੀਮੈਂਟ ਕਰਤਾ ਕਿ ਮੇਰੇ ਵੱਲੋਂ ਇਹ ਕੀਤਾ ਗਿਆ ਹੈਗਾ ਕਿ ਮੈਨੂੰ ਇਹ ਕੁਛ ਨਹੀਂ ਦਿੰਦੇ ਸੀ, ਮੈਨੂੰ 15,000 ਰੁਪਇਆ ਦਿੰਦੇ ਸੀਗੇ ਅਤੇ ਮੇਰੇ ਸਾਹਮਣੇ ਆਪ ਇੰਨਾ ਕਮਾਉਂਦੇ ਸੀਗੇ, ਅਤੇ ਇਸ ਕਰਕੇ ਫਿਰ ਉਹਨੇ ਆਪਣਾ ਇੱਕ ਪਲੈਨ ਬਣਾਇਆ। ਉਹਨਾਂ ਨੇ ਆਪਣੇ ਨਾਲ ਜਿਹੜੇ ਹੈਗੇ 3 ਸਾਥੀ ਲਏ, ਜਿਹੜੇ ਕਿ ਆਪਣੇ ਇੱਥੋਂ ਦੇ ਹੀ ਰਹਿਣ ਵਾਲੇ ਆ, ਸੀਡ ਫਾਰਮ ਦੇ ਹੈਗੇ ਆ, ਇੱਕ ਜਸ਼ਨਪ੍ਰੀਤ, ਇੱਕ ਚਰਨਜੀਤ ਸਿੰਘ ਹੈਗਾ ਅਤੇ ਇੱਕ ਕਮਲ ਕੁਮਾਰ। ਇਹ ਜਿਹੜੇ ਹੈਗੇ ਆ ਆਪਣੇ ਇੱਥੋਂ ਦੇ ਹੀ ਆ, ਸੰਤ ਨਗਰ ਬੋਰ ਦਾ ਹੈਗਾ, ਦੂਸਰਾ ਆਪਣਾ ਜੰਮੂ ਬਸਤੀ ਦਾ। ਸੋ ਇੱਥੋਂ ਦੇ ਲੋਕਲ ਹੈਗੇ ਆ, ਇਹਨਾਂ 'ਤੇ ਵੀ ਪਹਿਲਾਂ ਪਰਚੇ ਦਰਜ ਨੇ। ਸੋ ਇਹਨਾਂ ਨੂੰ ਉਹਨੇ ਤਿਆਰ ਕਰਕੇ ਜਿਹੜਾ ਇਹ ਸਾਰੀ ਸਾਜਿਸ਼ ਕੱਢੀ, ਅਤੇ ਉਸ ਤੋਂ ਬਾਅਦ ਸਾਨੂੰ ਫਿਰ ਜਦੋਂ ਇਸ ਖੁਲਾਸਾ ਹੋਇਆ, ਇਸ ਖੁਲਾਸੇ ਨੂੰ ਹੋਣ ਸਾਰ ਹੀ ਸਾਡੇ CIA ਅਤੇ ਪਲੱਸ ਇਹਨਾਂ DSP
ਬੱਲੂਆਣਾ ਡੀਐਸਪੀ ਅਬੋਹਰ ਇਹਨਾਂ ਨੇ ਆਪਸ 'ਚ ਆਪਣੇ ਜਿਹੜੀ ਹੈਗੀ ਇੱਕ ਟੀਮ ਬਣਾਈ, ਟੀਮ ਬਣਾ ਕੇ ਜਿਹੜੇ ਰੇਡ ਸ਼ੁਰੂ ਕਰਤੇ। ਸੋ ਦੌਰਾਨੇ ਰੇਡ ਜਿਹੜਾ ਹੈਗਾ ਫਿਰ ਆਪਾਂ ਨੂੰ ਇਹ ਜਿਹੜੇ ਬਾਕੀ ਬੰਦੇ ਮਿਲੇ ਜਿਹਨਾਂ ਤੋਂ ਸਾਰਾ ਹੀ ਗੋਲਡ ਬਰਾਮਦ ਹੋ ਗਿਆ। ਸੋ ਇਹ ਟੋਟਲ ਜਿਹੜਾ ਹੈਗਾ 1 ਕਿਲੋ 48 ਗ੍ਰਾਮ 700 ਮਿਲੀਗ੍ਰਾਮ ਸਮੇਤ 2 ਪਾਰਸਲ ਜਿਹੜਾ ਹੈਗਾ ਇਹ ਗੋਲਡ ਹੈ। ਸੋ ਜਿਵੇਂ ਐਜ਼ ਇਟ ਇਜ਼ ਸੀਗਾ ਉਵੇਂ ਐਜ਼ ਇਟ ਇਜ਼ ਜਿਹੜਾ ਹੈਗਾ ਇਹ ਰਿਕਵਰ ਹੋ ਗਿਆ। ਸਰ ਇਹਦੇ ਸੋਨੇ 'ਚ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਇਸ ਟਾਈਮ ਪੁਲਿਸ ਨੇ? ਹਾਂਜੀ, ਕਿੰਨੇ ਬੰਦੇ ਗ੍ਰਿਫਤਾਰ ਹੋ ਚੁੱਕੇ ਹੈ ਇਹਦੇ ਇਸ ਮੁਕੱਦਮੇ 'ਚ? ਜੀ ਸਾਨੂੰ 3 ਜਣੇ ਹੋ ਗਏ, ਚੌਥਾ ਇਹ ਸੋਨੀ ਹੋ ਗਿਆ। ਹਾਂਜੀ ਠੀਕ ਹੈ ਜੀ, ਅਤੇ ਪੰਜਵਾਂ ਜਿਹੜਾ ਹੈਗਾ ਇਹ ਕਮਲ ਕੁਮਾਰ। ਸੋ ਤੁਹਾਨੂੰ ਮੈਂ ਦੁਬਾਰਾ ਬੋਲ ਦਿੰਦਾ, ਜਸ਼ਨਦੀਪ, ਚਰਨਜੀਤ ਸਿੰਘ, ਕਮਲ ਕੁਮਾਰ ਅਤੇ ਸੋਨੀ। ਲਾਲਚ ਦਿੱਤਾ ਗਿਆ ਵੀ ਤੁਹਾਨੂੰ ਵੀ ਸਮਾਨ ਮਿਲੂਗਾ ਮੈਨੂੰ ਵੀ ਮਿਲੂਗਾ। ਸੋ ਇਸ ਕਰਕੇ ਜਿਹੜਾ ਹੈਗਾ ਉਹ ਇਸੇ ਚੀਜ਼ 'ਚ ਇਸੇ ਲਾਲਚ 'ਚ ਤੇ ਪਲੱਸ ਆਪਣੇ ਮਨ 'ਚ ਰਹਿ ਗਿਆ ਜਿਹੜਾ ਪਕੜਿਆ ਨਹੀਂ ਗਿਆ। ਇਹਦੇ 'ਚ ਹੁਣ ਜਿਹੜਾ ਹੈਗਾ ਕੋਈ ਐਕਿਊਜ਼ ਨਹੀਂ ਸਾਰੇ ਹੋ ਗਏ, ਪੰਜੋ ਕਾਬੂ ਹੋ ਗਏ। ਸਰ ਇਹਨਾਂ ਦੀ ਪਿਛੋਕੜ ਕੀ ਹੈ ਸਰ? ਦੇਖੋ ਇਹਨਾਂ ਦੀ ਜਿਹੜੀ ਮੋਡਸ ਪੈਂਡੀ ਇਹੀ ਹੈ ਵੀ ਇਹਨਾਂ 'ਤੇ ਪਰਚੇ 452 ਲੜਾਈ ਝਗੜੇ ਦੇ ਹੈਗੇ, ਕੁਛ ਪਰਚੇ ਕੁਛ ਚੋਰੀ ਦੇ ਹੈਗੇ ਆ। ਜਿਵੇਂ ਕਮਲ ਕੁਮਾਰ ਹੈਗਾ ਉਹਦੇ 'ਚ NDPS ਦਾ, ਚਰਨਜੀਤ ਜਿਹੜਾ ਹੈਗਾ ਇਹਦੇ 'ਚ ਆਪਣਾ ਕੀ ਕਹਿੰਦੇ ਨੇ ਚੋਰੀ ਦਾ, 2 ਚੋਰੀ ਦੇ ਨੇ, 1 ਸਲੈਕਟ ਦਾ ਜੀ। ਠੀਕ ਹੈ ਜੀ, ਭਰਤ ਜਿਹੜਾ ਹੈਗਾ ਭਰਤ ਕੁਮਾਰ ਪੁੱਤਰ ਪ੍ਰੇਮ ਕੁਮਾਰ ਇਹਦੇ ਵੀ ਖਿਲਾਫ 2 ਨੇ ਜੀ, ਅਸਲੈਕਟ ਦਾ ਵੀ ਹੈਗਾ ਅਤੇ ਆਪਣਾ ਲੜਾਈ ਝਗੜਾ। ਸੋ ਦੇ ਆਰ ਆਲਰੇਡੀ ਇਹ ਜਿਹੜੇ ਹੈਗੇ ਆ ਇਸ ਚੀਜ਼ ਨੂੰ ਉਹਦੇ 'ਤੇ। ਸੋਨੀ ਨੇ ਜਿਹੜਾ ਹੈਗਾ ਤਾਂ ਹੀ ਇਹਨਾਂ ਨੂੰ ਜਿਹੜਾ ਯੂਜ਼ ਕੀਤਾ। ਸਰ ਸੋਨੇ ਦੀ ਕੀਮਤ ਕਿੰਨੀ ਸੀ ਜੀ? ਸੋਨੇ ਦੀ ਕੀਮਤ ਤੁਸੀਂ ਦੇਖੋ ਆਲਮੋਸਟ 70 ਤੋਂ ਉੱਪਰ ਹੀ ਹੋ ਗਿਆ ਜੀ। ਗੋਲਡ ਪ੍ਰਾਈਜ਼ ਹੁਣ ਅੱਜ ਫਿਰ ਵੱਧ ਗਈ ਗੋਲਡ ਪ੍ਰਾਈਜ਼। ਬਰਨਾਲਾ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੇ ਮੋਦੀ ਸਰਕਾਰ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਲਈ ਪਿੰਡ ਪਿੰਡ ਤੁਰ ਰਹੇ ਹਨ। ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਤੇ ਭਾਜਪਾ ਨਾਲ ਮਰਦਾਂ ਦੇ ਨਾਲ ਨਾਲ ਖਾਸ ਕਰ ਔਰਤਾਂ ਵੱਡੇ ਪੱਧਰ ਉੱਤੇ ਜੁੜ ਰਹੀਆਂ ਹਨ। ਮਹਿਲਾਵਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਸ਼ਕਤੀ ਬੰਧਨ ਦੇ ਨਾਮ ਤੇ ਇੱਕ ਸਕੀਮ ਚਲਾਈ ਹੈ ਜਿਸ ਤਹਿਤ ਜੋ ਨਾਰੀ ਸੈਲਫ ਗਰੁੱਪ ਬਣਾਏਗੀ ਉਸਨੂੰ 1 ਲੱਖ ਰੁਪਏ ਦਾ ਕਾਰਜ ਮਿਲੇਗਾ, ਕਿਉਂਕਿ ਮੋਦੀ ਨੇ ਨਾਰਾ ਦਿੱਤਾ ਹੈ ਲੱਖਪਤੀ ਨਾਰੀ, ਪਰ ਹੁਣ ਮੋਦੀ ਸਰਕਾਰ ਇਸ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਕਰਜ਼ ਦੇਣ ਦਾ ਐਲਾਨ ਕਰਨ ਜਾ ਰਹੀ ਹੈ ਤਾਂ ਜੋ ਨਾਰੀ ਨੂੰ ਪੂਰਨ ਤੌਰ ਤੇ ਆਪਣੇ ਪੈਰਾਂ ਸਿਰ ਖੜਾ ਕੀਤਾ ਜਾ ਸਕੇ। ਕਿੰਨੇ ਮੈਂਬਰ ਹੋਣੇ ਚਾਹੀਦੇ ਨੇ? ਸਾਰੀਆਂ ਬੀਬੀਆਂ ਹੋਣਗੀਆਂ, ਮੈਂ ਤੁਹਾਨੂੰ ਹੁਣੇ ਇੱਥੇ ਬੈਠ ਜਾਣਕਾਰੀ ਲੈ ਕੇ ਤੁਹਾਨੂੰ ਦੱਸ ਕੇ ਜਾਣਾ। ਮੰਨ ਲਓ ਤੁਸੀਂ 10 ਜਣੀਆਂ ਇਕੱਠੀਆਂ ਹੋ, ਤੁਹਾਡਾ ਗਰੁੱਪ ਬਣ ਗਿਆ, ਉਹ ਤੁਸੀਂ ਨਾਂ ਨੂੰ ਲਿਖ ਕੇ ਸਾਰਾ ਆਪਣਾ ਐਡਰੈਸ ਪਤਾ ਲਿਖ ਕੇ ਰਜਿਸਟਰਡ ਹੋ ਜਾਊਗਾ, ਤੁਹਾਨੂੰ 1 ਲੱਖ ਰੁਪਈਆ ਲੋਨ ਮਿਲ ਜਾ ਕਰੂ। ਜਿਵੇਂ ਇੱਕ ਬੀਬੀ ਨੂੰ ਚਾਹੀਦਾ ਉਹਨੂੰ 1 ਲੱਖ ਰੁਪਈਆ ਮਿਲ ਗਿਆ,
ਉਹਨੇ ਉਹਨੂੰ ਆਪਦਾ ਵਰਤਿਆ ਕੰਮ ਕਰ ਤੋਂ ਲਿਆ ਜਾਂ ਦੋ ਨੇ ਪੰਜਾਹ ਪੰਜਾਹ ਹਜ਼ਾਰ ਲੈ ਲਿਆ ਉਹ ਭਰਤਾ, ਉਹ ਤੋਂ ਬਾਅਦ ਫੇਰ ਮਿਲ ਗਿਆ, ਹੁਣ ਲੱਖ ਦਾ ਮੋਦੀ ਜੀ 10 ਲੱਖ ਕਰਨ ਜਾ ਰਹੇ ਨੇ ਇੱਕ ਦੋ ਦਿਨ ਚ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ, ਰੱਬ ਰੱਖਾਂ।